ਉਹਨਾਂ ਪੰਜਾਬੀਆਂ ਦੀ ਸਰਪ੍ਰਸਤੀ ਕਰਦੇ ਉਹਨਾਂ ਪੰਜਾਬੀਆਂ ਦੀ ਰਹਿਨਮਾਈ ਕਰਦੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਇੱਕ ਵਾਰ ਫੇਰ ਜ਼ੋਰਦਾਰ ਤਾਲੀਆਂ ਦੇ ਨਾਲ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਕੀਤਾ ਜਾਏ ਇਹਨਾਂ ਦੇ ਯਤਨਾਂ ਦੇ ਨਾਲ ਜਿੱਥੇ ਪੰਜਾਬ ਚੌਪੱਖੀ ਵਿਕਾਸ ਵੱਲ ਵਧ ਰਿਹਾ ਹੈ ਉੱਥੇ ਪੰਜਾਬ ਦੀ ਨੌਜਵਾਨੀ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਦੇ ਲਈ ਉਹਨਾਂ ਦੇ ਵੱਲੋਂ ਇਹ ਖੇਡਾਂ ਕਰਾਈਆਂ ਜਾ ਰਹੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਬਹੁਤ ਹੀ ਮੁਕੱਦਸ ਦਿਹਾੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਆਮਦ ਤੇ ਮੁੱਖ ਮੰਤਰੀ ਸਾਹਿਬ ਤੋਂ ਪ੍ਰਵਾਨਗੀ ਲੈਂਦੇ ਹੋਏ ਅਸੀਂ ਰਸਮੀ ਤੌਰ ਤੇ ਇਸ ਸਮਾਗਮ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ ਆਪੋ ਆਪਣੀ ਜਗ੍ਹਾ ਤੇ ਖੜੇ ਹੋ ਜਾਣ ਤੇ ਜ਼ੋਰਦਾਰ ਤਾਲੀਆਂ ਦੇ ਨਾਲ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਕਰਨ ਮੈਂ ਨੂਰਾ ਸਿਸਟਰਜ਼ ਨੂੰ ਬੇਨਤੀ ਕਰਦਾ ਕਿ ਮੁੱਖ ਮੰਤਰੀ ਸਾਹਿਬ ਦੇ ਸਨਮਾਨ ਦੇ ਵਿੱਚ ਇੱਕ ਛੋਟੀ ਜਿਹੀ ਵੰਗੀ ਬਹੁਤੀ ਲੰਬੀ ਨਾ ਹੋਵੇ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਸਮਾਂ ਬਹੁਤ ਕੀਮਤੀ ਹੈ ਇੱਕ ਛੋਟੀ ਜਿਹੀ ਵੰਗੀ ਇੱਕ ਛੋਟੀ ਜਿਹੀ ਪੇਸ਼ਕਾਰੀ ਮੁੱਖ ਮੰਤਰੀ ਸਾਹਿਬ ਦੀ ਆਮਦ ਦੇ ਵਿੱਚ ਉਹਨਾਂ ਦੇ ਸਨਮਾਨ ਦੇ ਵਿੱਚ ਥੋੜ੍ਹਾ ਨੂਰਾ ਸਿਸਟਰ ਨੂੰ ਬੇਨਤੀ ਹੈ ਕਿ ਪੇਸ਼ਕਾਰੀ ਵੇਲੇ ਥੋੜ੍ਹਾ ਮੂੰਹ ਆਪਣਾ ਇੱਧਰ ਨੂੰ ਘੁਮਾ ਲੈਣ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸ਼ੁਕਰਗੁਜ਼ਾਰਾਂ ਜੀ ਡੀ ਆਈ ਪੀ ਪਰਸਨੈਲਿਟੀਜ਼ ਦੇ ਔਰ ਸਾਡੇ ਸੀ ਐਮ ਭਗਵੰਤ ਮਾਨ ਜੀ ਸਤਿ ਸ਼੍ਰੀ ਅਕਾਲ ਜੀ ਤੋ ਇੱਕ ਵਾਰੀ ਸਾਰੇ ਜਾਣੇ ਸਾਡੇ ਸੀ ਐਮ ਜੀ ਵਾਸਤੇ ਤਾੜੀ ਲਾ ਦਿਓ ਜੀ ਔਰ ਇਹ ਜੋ ਖੇਡਾਂ ਪੰਜਾਬ ਦੀਆਂ ਬਹੁਤ ਸੋਹਣਾ ਉਪਰਾਲਾ ਕੀਤਾ ਸਾਡੇ ਸੀ ਐਮ ਸਾਹਿਬ ਨੇ ਔਰ
इन्हों की बदौलत साढ़े सारे दे विच आए हैं जी। तो आप सारे ने रल के तुसी भी साढ़े नाल गाउणा जी। स्टेडियम दी मेरे भैणा भरावां दी सारयां दी आवाज़ होनी चाहीदी है। की कहना तेरे मेरा दिल विच लाउड वजदा, नहीं नहीं जोर दी आवाज़ होनी चाहीदी तुहानू सारयां नू। छोटी जी रिक्वेस्ट है, तेरे मेरे दिल विच लाउड वजदा, खेडां वतन पंजाब दियां, खेडां वतन पंजाब दियां, खेडां वतन पंजाब दियां, खेडां वतन पूरा रौला पा के एक बारी खेडा खेडा ओ खेडा वतन पंजाब दियां, खेडा वतन पंजाब, उची उची खेडा वतन पंजाब दियां, थैंक यू, खेडा वतन पंजाब दियां, खेडा वतन मैं हुण गुजारिश करांगा साडे खेड मंत्री गुरमीत सिंह मेतिहर जी नूं।
ਫੁੱਲਾਂ ਦੇ ਗੁਲਦਸਤੇ ਨਾਲ ਮੁੱਖ ਮੰਤਰੀ ਸਾਹਿਬ ਦਾ ਰਸਮੀ ਤੌਰ ਤੇ ਸਵਾਗਤ ਕਰਨ ਖੇਡ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਕਰਨਗੇ ਮੁੱਖ ਮੰਤਰੀ ਸਾਹਿਬ ਇਹ ਸਪੋਰਟਸ ਡਿਪਾਰਟਮੈਂਟ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਮਿਹਨਤ ਆ ਇਹਨਾਂ ਬੱਚਿਆਂ ਦੀ ਉਤਸ਼ਾਹ ਆ ਜਿਨ੍ਹਾਂ ਦੇ ਅੱਗੇ ਅੱਜ ਭਾਰੀ ਮੀਂਹ ਵੀ ਇਹਨਾਂ ਜੋਸ਼ ਠੰਡਾ ਨਹੀਂ ਕਰ ਸਕਿਆ ਮੈਂ ਹੁਣ ਖੇਡ ਮੰਤਰੀ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਰਸਮੀ ਤੌਰ ਤੇ ਸਵਾਗਤੀ ਬੋਲਾਂ ਲਈ ਮੰਚ ਤੇ ਆਉਣ ਖੇਡ ਮੰਤਰੀ ਸਾਹਿਬ ਅੱਜ ਕੌਮੀ ਖੇਡ ਦਿਵਸ ਤੇ ਮੈਂ ਸਟੇਜ ਤੇ ਵਿਰਾਜਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਸਾਡੀ ਕੈਬਨਿਟ ਦੇ ਸਾਰੇ ਵਜ਼ੀਰ ਸਾਹਿਬਾਨ ਐਮਐਲਏ ਸਾਹਿਬਾਨ ਤੇ ਵੱਖ ਵੱਖ ਜ਼ਿਲ੍ਹਿਆਂ ਤੋਂ ਚੱਲ ਕੇ ਆਏ ਸਾਡੇ ਪੰਜਾਬ ਦਾ ਭਵਿੱਖ ਸਾਡੇ ਖਿਡਾਰੀ ਸਾਹਿਬਾਨ ਤੇ ਮੇਰੇ ਖੱਬੇ ਪਾਸੇ ਬੈਠੇ ਜਿਨ੍ਹਾਂ ਨੇ ਦੇਸ਼ ਦਾ ਨਾਮ ਦੇਸ਼ ਦਾ ਝੰਡਾ ਵੱਖ ਵੱਖ ਖੇਡਾਂ 'ਚ ਅੰਤਰਰਾਸ਼ਟਰੀ ਲੈਵਲ 'ਤੇ ਬੁਲੰਦ ਕੀਤਾ ਮੈਂ ਖਾਸ ਤੌਰ 'ਤੇ ਖਿਡਾਰੀਆਂ ਦਾ ਧੰਨਵਾਦ ਵੀ ਕਰਦਾ ਅਤੇ ਮੁਬਾਰਕਬਾਦ ਵੀ ਦਿੰਦਾ ਅਤੇ ਖਾਸ ਤੌਰ 'ਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਕੇ ਵਿਸ਼ੇਸ਼ ਉਪਰਾਲਾ ਕਰਕੇ ਧਿਆਨ ਚੰਦ ਜੀ ਦਾ ਜਿਹੜਾ ਜਨਮ ਦਿਹਾੜਾ ਉਹਦੇ 'ਤੇ ਅੱਜ ਪੰਜਾਬ 'ਚ ਇੱਕ ਨਵੀਂ ਊਰਜਾ ਜਿਹੜੀ ਭਰੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਅੱਜ ਦਾ ਦਿਨ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਪੰਜਾਬ ਦੇ ਵਿੱਚ ਇੱਕ ਨਵਾਂ ਸੂਰਜ ਆ ਜਿਹੜਾ ਉਹ ਚਾੜ੍ਹੇਗਾ ਕਿਉਂਕਿ ਉਹ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਹਨੇ ਹਮੇਸ਼ਾ ਅੱਗੇ ਹੋ ਕੇ ਦੇਸ਼ ਲਈ ਸੇਵਾ ਕੀਤੀ ਹੈ ਚਾਹੇ ਦੇਸ਼ ਨੂੰ ਯਾਦ ਕਰਵਾਉਣ ਦਾ ਕੰਮ ਹੋਵੇ ਦੇਸ਼ ਲਈ ਕੁਰਬਾਨੀਆਂ ਜਿੱਥੋਂ ਦੇ ਜੰਮਿਆਂ ਨੇ ਹਮੇਸ਼ਾ ਦਿੱਤੀਆਂ ਨੇ ਅਤੇ ਜਿੱਥੋਂ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਲੈ ਕੇ ਆਉਂਦੀ ਅਤੇ ਉਸ ਤੋਂ ਬਾਅਦ ਜਿੱਥੋਂ ਦੇ ਖਿਡਾਰੀਆਂ ਦਾ ਇਸ ਦੇਸ਼ ਦਾ ਨਾਮ ਰੋਸ਼ਨ ਕਰਨ 'ਚ ਮੈਂ ਸਮਝਦਾ ਕਿ ਬਹੁਤ ਵੱਡਾ ਯੋਗਦਾਨ ਹੈ ਇੱਦਾਂ ਦੇ ਮਹਾਨ ਖਿਡਾਰੀ ਇਸ ਜਰਖੇਜ਼ ਧਰਤੀ ਨੇ ਦਿੱਤੇ ਆ ਜਿਨ੍ਹਾਂ ਦੇ ਅੱਜ ਤੱਕ ਰਿਕਾਰਡ ਨਹੀਂ ਟੁੱਟੇ ਉਹਨਾਂ 'ਚੋਂ ਬਹੁਤੇ ਸਾਡੇ 'ਚ ਵੀ ਮੌਜੂਦ ਨੇ ਬਲਵੀਰ ਸਿੰਘ ਸੀਨੀਅਰ ਵਰਗੇ ਕਰਤਾਰ ਸਿੰਘ ਪਹਿਲਵਾਨ ਵਰਗੇ ਮਿਲਖਾ ਸਿੰਘ ਵਰਗੇ ਗਾਮੇ ਵਰਗੇ ਕਿੱਕਰ ਸਿੰਘ ਵਰਗੇ ਪ੍ਰਦੂਮਨ ਵਰਗੇ ਜੀਤਪਾਲ ਸਿੰਘ ਵਰਗੇ ਜਿਨ੍ਹਾਂ ਦਾ ਦੇਣ ਮੈਂ ਸਮਝਦਾ ਜਿਨ੍ਹਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਇਸ ਦੇਸ਼ ਲਈ ਇਸ ਦੇਸ਼ ਦੇ ਖੇਡਾਂ ਦੇ ਮੁਕਾਮ ਨੂੰ ਉੱਪਰ ਜਾਣ ਦੇ ਲਈ ਪਰ ਪਿਛਲੇ ਸਮੇਂ 'ਚ ਪਤਾ ਨਹੀਂ ਕੀ ਨਜ਼ਰ ਲੱਗੀ ਸਾਡੇ ਪੰਜਾਬ ਨੂੰ ਕਿ ਜਿਹੜਾ ਸਾਡਾ ਖੇਡਾਂ ਦਾ ਮੁਕਾਮ ਸੀ ਉਹ ਜਿਸ ਲੈਵਲ 'ਤੇ ਸੀ ਉਸ ਤੋਂ ਨੀਚੇ ਆ ਗਿਆ ਪਰ ਜਿਹੜੀ ਸੀਐਮ ਸਾਹਿਬ ਤੁਸੀਂ ਇਹ ਸ਼ੁਰੂਆਤ ਕੀਤੀ ਹੈ ਮੈਨੂੰ ਪੂਰਨ ਵਿਸ਼ਵਾਸ ਹੈ ਅਤੇ ਮੈਂ ਦਾਅਵੇ ਨਾਲ ਕਹਿਣਾ ਕਿ ਜਿਹੜੇ ਬੱਚਿਆਂ ਨੇ ਇਸ ਖੇਡ ਮੇਲੇ 'ਚ ਅੱਜ ਪਾਰਟੀਸਪੇਟ ਕਰਨਾ ਅਤੇ ਮੈਨੂੰ ਪੂਰਨ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ 20-25 ਸਾਲ ਨੂੰ ਜਿੱਥੇ ਅੱਜ ਆ ਸਾਡੇ ਖੱਬੇ ਪਾਸੇ ਜਿਹੜੇ ਖਿਡਾਰੀ ਬੈਠੇ ਆ ਇਹਨਾਂ ਦੇ ਵਿੱਚੋਂ ਬਹੁਤੇ ਖੱਬੇ ਪਾਸੇ ਬੈਠੇ ਹੋਣਗੇ ਜਿਹੜੇ ਦੇਸ਼ ਦੇ ਲਈ ਉਦੋਂ ਮੈਡਲ ਲੈ ਕੇ ਆਉਣ ਵਾਲੀਆਂ ਸੂਚੀਆਂ ਜਿਨ੍ਹਾਂ ਦਾ ਨਾਮ ਹੋਊਗਾ ਅਤੇ ਇੱਕ ਨਵੀਂ ਇੱਕ ਊਰਜਾ ਜਿਹੜਾ ਅੱਜ ਦਾ ਖੇਡ ਮੇਲਾ ਇਹ ਪੰਜਾਬ ਦੇ ਵਿੱਚ ਭਰੂਗਾ ਅਤੇ ਉਹ ਦਿਨ ਦੂਰ ਨਹੀਂ ਜਿੱਦਣ ਪੰਜਾਬ ਦੁਬਾਰਾ ਜਿਹੜਾ ਖੇਡਾਂ ਦੇ ਵਿੱਚ ਪਹਿਲੇ ਨੰਬਰ 'ਤੇ ਆਊਗਾ ਸੋ ਇਹੀ ਉਮੀਦ ਹੈ ਕਿਉਂਕਿ ਇਹੀ ਉਪਰਾਲਾ ਭਗਵੰਤ ਮਾਨ ਜੀ ਨੇ ਕੀਤਾ ਕਿ ਇੱਕ ਜਿਹੜਾ ਖੇਡ ਕਲਚਰ ਪੰਜਾਬ 'ਚ ਜਿਹੜਾ ਉਹ ਰਿਵਾਈਵ ਕੀਤਾ ਜਾਵੇ ਅਤੇ ਅੱਜ ਉਹਦੀ ਮੈਂ ਸਮਝਦਾ ਕਿ ਜਿਹੜੀ ਨੀਂਹ ਹੈ ਉਹ ਰੱਖੀ ਜਾ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ 'ਚ ਕਿਉਂਕਿ ਮੈਂ ਸਾਰੇ ਜਿੰਨੇ ਪੰਜਾਬੀ ਜਿੰਨੇ ਖਿਡਾਰੀ ਵਿਦੇਸ਼ਾਂ 'ਚ ਬੈਠੇ ਵੀ ਪੰਜਾਬੀ ਸੁਣ ਰਹੇ ਆ ਕਿਉਂਕਿ ਇਹ ਮਾਨ ਸਾਹਿਬ ਦੀ ਸਰਕਾਰ ਹੈ ਇਹ ਕੋਈ ਵੋਟਾਂ ਵੇਲੇ ਜਿਵੇਂ ਪੁਰਾਣੇ ਸਮੇਂ 'ਚ ਹੁੰਦਾ ਰਿਹਾ ਵੀ ਵੋਟਾਂ ਨੇੜੇ ਆ ਤਾਂ ਖੇਡ ਮੇਲੇ ਵੀ ਕਰਵਾ ਦਿਉ ਵੋਟਾਂ ਨੇੜੇ ਹੈ ਤਾਂ ਨੌਕਰੀਆਂ ਵੀ ਕੱਢ ਦਿਉ ਵੋਟਾਂ ਨੇੜੇ ਆ ਤਾਂ ਹੋਰ ਵੱਡੇ ਵੱਡੇ ਅਨਾਊਂਸਮੈਂਟਸ ਕੀਤੀਆਂ ਜਾਂਦੀਆਂ ਇਹ ਕੋਈ ਇਲੈਕਸ਼ਨ ਈਅਰ ਨਹੀਂ ਇਹ ਪਹਿਲਾ ਸਾਲ ਹੈ ਅਤੇ ਪਹਿਲੇ ਸਾਲ ਹੀ ਜਿਹੜਾ ਇਹ ਖੇਡ ਮੇਲਾ ਜਿਹੜਾ ਅੱਜ ਤੱਕ ਮੈਨੂੰ ਲੱਗਦਾ ਕਿ ਪੰਜਾਬ ਦੇ ਇਤਿਹਾਸ 'ਚ ਹੋਇਆ ਨਹੀਂ ਹੋਣਾ
क्योंकि 29 खेडां ब्लॉक लैवल तो लैके सूबे पद्धर तक अंडर 14 तो लैके 50 साल तक लखां जिहड़े बच्चे है लखां जिहड़े लोक ने इहदे विच जिहड़े आ पार्टिसिपेट कर रहे हैं। तो मेरा सारिआं दे नाल मुख्यमंत्री साहब ने क्योंकि कहा कि कोई इहनू वोटां करके नहीं इहदी पहले साल शुरुआत की है कि वादा है ते पंजे साल इसे तरह चलूगा ते हर साल लोग क्या कर रहे कि ऐतकी वार वाला पिछली वार नाल भी ज्यादा वधिया हैगा क्योंकि इसे करके उपराला किया जा रहा है कि पंजाब नू साडा जिहड़ा रंगला पंजाब है इहनू दुबारा जिहड़ा सीएम साहब ने विकल्प लिया है कि उहनू दुबारा पहले नंबर ते लैके आउणा है उहनू किसानी दे विच भी उहनू इकॉनमी तौर ते भी ते उहनू खेडां दे विच भी। ते मैं दुबारा उम्मीद करदा विश्वास है मैनू कि आने वाले समय च आ जिहड़े साडे बच्चे अज ग्राउंड च इन्हां चों बलबीर सिंह सीनियर इन्हां चों गामे पहलवान इन्हां दे विचों जिहड़े आ उह पैदा होणगे। सो मैं मुख्यमंत्री साहब दा सारे जिन्हें इत्थे सज्जण पहुंचे अखीर मैं सारिआं दा धन्नवाद करदा ते सीएम साहब दा इत्थे पहुंचे ते स्वागत करदा बहुत बहुत धन्नवाद। वाहिगुरू जी का खालसा वाहिगुरू जी की फतह। बहुत बहुत शुक्रिया खेड मंत्री साहब मुख्यमंत्री साहब स्पोर्ट्स का तो मीह का बड़ा रिश्ता गा असी अक्सर मैच देखते होंगे जो टीवी पर लिखा आता मीह करके मैच रुक गया ग्राउंड स्टाफ ने अज बहुत मेहनत की इस तरह का असी ग्राउंड एक घंटे के दोबारा उस तरह का तैयार किया। स्पोर्ट्स की हिस्टरी में मीह की गल कर रहा 1964 दी ओलंपिक के जो गुरबचन सिंह रंधावा दौड़े 18 अक्तूबर में टोकियो के स्टेडियम 15 डिग्री टैंपरेचर मीह पै रहा तो मीह के भजते हुए ओलंपिक के 5वें नंबर से आए थे। सिडनी ओलंपिक इस तरह राजविंदर कौर साड़ी बैठी आ के एम बीना मोल उदो मीह दौड़ भजी सी मीह के बावजूद भी साढ़े खिडारियों का जोश ठंडा नहीं पिया। हुण मैं सद्दा देवांगा साढ़े स्वरण सिंह बिरक अर्जुना वाड़ी ओलंपियन एशियन गोल्ड मैडलिस्ट भी गेम्स फ्लैग नू होस्ट करनगे स्वरण सिंह बिरक मंच के सज्जे पासे मानसा का स्वर्ण विरक ओलंपिक का एशिया का गोल्ड मैडलिस्ट अर्जुना वाडी झंडा चढ़ाया गेम्स। इस तो बाद हुण सर खेडां का मेन अट्रैक्शन मार्च पास्ट का मैं सद्दा देवांगा मार्च पास्ट लई कुंवर अजय सिंह राणा झंडा बरदार कुंवर अजय सिंह राणा झंडा लैके अगे दौड़नगे उसके मगर 23 जिलों के खिडारी वारों वारी सर अल्फाबैटिकली आपो अपने जिले की नुमाइंदगी करेंगे कुंवर अजय सिंह राणा जितों भी मंच के अगे तो खिडारी दल गुजरेगा तुम ताड़िया मार के स्वागत करना गा। यो खिडारी आ जिन्होंने 2 महीने ब्लाक लैवल तो लैके स्टेट लैवल तक खेडां की परफॉर्मेंस दिखाउणी आ प्रदर्शन करना गा आज जलंधर के इस खचाखच भरे स्टेडियम दे विच साढ़े ये खिडारी मार्च पास्ट में गुजरेंगे। मैं मार्च पास्ट की गुजारिश करांगा जनरल चीमा साहब नूं मार्च पास्ट शुरू कराया जाए। कुंवर राजे सिंह राणा जो मार्च पास्ट की अगवाई कर रहे हैं यूथ ओलंपिक का फाइनलिस्ट यूथ एशियन का गोल्ड मैडलिस्ट सारे खिडारी जैवलिन थ्रोर है अज जैवलिन साढ़े देश की मेन खेड आ 70 मीटर की जैवलिन सुट के इसने एशिया का रिकॉर्ड बनाया खेलो इंडिया का रिकॉर्ड बनाया जो झंडा लेके सब तो अगे गुजर रहा है कुंवर अजय सिंह राणा। उस तो अगे अमृतसर सिफती का घर मुकद्दस स्थान साढ़ा दरबार साहब मुख्यमंत्री साहब ने खेडों की शुरुआत तो पहला दरबार साहब सिजदा किया साढ़े कुलदीप सिंह धालीवाल मंत्री साहब डॉक्टर इंद्रवीर निज्जर जी हरभजन सिंह ईटीओ जी बैठे ने मंच से सर अमृतसर की धरती ने गुरबचन सिंह रंधावा बिशन सिंह बेदी गुरजीत कौर शमशेर सिंह जुगराज सिंह हरमनप्रीत सिंह जरमनप्रीत सिंह राजवीर कौर खुशवीर कौर लवप्रीत सिंह हरदीप सिंह भुल्लर जे खिडारी पैदा किए। अगे सर खेड मंत्री साहब का जिला बरनाला खेड मंत्री साहब का जिला सहतकारा की धरती नैटबाल की नर्सरी हाकम सिंह बाकर निर्मल सिंह सतनाम सिंह सत्ता सर NBA तुसी बहुत देखते हो NBA दे विच बरनाले का खिडारी हरप्रीत सिंह हैप्पी दमनीत सिंह मान
ਬਠਿੰਡਾ ਮਾਲਵੇ ਦਾ ਦਿਲ ਪ੍ਰਦੁਮਨ ਸਿੰਘ ਦੀ ਧਰਤੀ ਹਜੂਰਾ ਸਿੰਘ ਅਵਨੀਤ ਕੌਰ ਸਿੱਧੂ ਅਰਸ਼ਦੀਪ ਸਿੰਘ ਜੁੱਡੋ ਸ਼੍ਰੇਆ ਸਿੰਗਲਾ ਪੈਰਾ ਖਿਡਾਰਨ ਜਿਨ੍ਹਾਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਬਾਬਾ ਫਰੀਦ ਦੀ ਚਰਨ ਛੋਹ ਧਰਤੀ ਫਰੀਦਕੋਟ ਰੈਸਲਿੰਗ ਹਾਕੀ ਅਥਲੈਟਿਕਸ ਦੇ ਵਿੱਚ ਫਰੀਦਕੋਟ ਦਾ ਬਹੁਤ ਵੱਡਾ ਰੋਲ ਆ ਸੈਣੀ ਭੈਣਾਂ ਨੇ ਚਾਹੇ ਰੂਪਾ ਸੈਣੀ ਹੋਵੇ ਪ੍ਰੇਮਾ ਸੈਣੀ ਹੋਵੇ ਇਸ ਤੋਂ ਇਲਾਵਾ ਰੁਪਿੰਦਰਪਾਲ ਸਿੰਘ ਤਰਲੋਕ ਸਿੰਘ ਸਾਹਿਬਜ਼ਾਦਿਆਂ ਦੀ ਧਰਤੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜਿਹਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਵਾਲੀ ਧਰਤੀ ਅਲੋਕ ਸ਼ਰਮਾ ਬਿਲੀਅਰਡਸ ਅਰਜੁਨਾਵਾੜੀ ਜਸਪੂਰਨ ਸਿੰਘ ਕੁਸ਼ਤੀ ਬੱਚਿਓ ਜਿੱਥੋਂ ਜਿੱਥੋਂ ਦੀ ਮਾਰਚ ਪਾਸ ਗੁਜ਼ਰਿਆ ਤਾੜੀਆਂ ਮਾਰ ਕੇ ਸਵਾਗਤ ਕਰੋ ਕਿੰਨੂਆਂ ਦੇ ਬਾਗਾਂ ਦੀ ਧਰਤੀ ਫਾਜ਼ਿਲਕਾ ਅੱਜ ਕੱਲ੍ਹ ਕ੍ਰਿਕਟ ਟੀਮ ਦੇ ਵਿੱਚ ਸ਼ੁਭਮਨ ਗਿੱਲ ਖੇਡ ਰਿਹਾ ਗਾ ਸਿਮਰਨ ਕੌਰ ਗੁਰਦਾਸਪੁਰ ਫਿਰੋਜ਼ਪੁਰ ਜਿਹੜਾ ਸਰਹੱਦੀ ਜ਼ਿਲ੍ਹਾ ਸ਼ੂਟਿੰਗ ਦੀ ਨਰਸਰੀ ਹਰਮੀਤ ਸਿੰਘ ਮਿਲਖਾ ਸਿੰਘ ਅਤੇ ਧਿਆਨ ਚੰਦ ਨਾਲ ਜੁੜਿਆ ਸ਼ਹਿਰ ਗਗਨਜੀਤ ਸਿੰਘ ਮਾਨਵਜੀਤ ਸਿੰਘ ਸੰਧੂ ਹੁਸ਼ਿਆਰਪੁਰ ਜ਼ਿਲ੍ਹਾ ਉਸ ਤੋਂ ਪਹਿਲਾਂ ਗੁਰਦਾਸਪੁਰ ਜ਼ਿਲ੍ਹਾ ਬਾਰਡਰ ਦਾ ਜ਼ਿਲ੍ਹਾ ਗੁਰਦਾਸਪੁਰ ਦੀ ਧਰਤੀ ਗੁਰਦਾਸਪੁਰ ਦੇ ਖਿਡਾਰੀ ਅੱਗੇ ਗੁਜ਼ਰ ਰਹੇ ਨੇ ਖਿਡਾਰੀਆਂ ਦੀ ਧਰਤੀ ਸਵਰਗੀ ਸੁਰਜੀਤ ਸਿੰਘ ਮੁਖਵੈਨ ਸਿੰਘ ਬ੍ਰਿਗੇਡੀਅਰ ਹਰਚਰਨ ਸਿੰਘ ਗੁਰਦਾਸਪੁਰ ਦਾ ਖੇਡਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸੀਐਮ ਸਾਹਿਬ ਨੇ ਹਾਲ ਹੀ ਵਿੱਚ ਗੁਰਦਾਸਪੁਰ ਦੇ ਜਸਪਾਲ ਸੈਣੀ ਨੂੰ ਸਨਮਾਨਿਤ ਕੀਤਾ ਹੁਸ਼ਿਆਰਪੁਰ ਸਾਡੇ ਬ੍ਰਹਮ ਸ਼ੰਕਰ ਜਿੰਪਾ ਜੀ ਡਿਪਟੀ ਸਪੀਕਰ ਸਾਹਿਬ ਮੰਚ 'ਤੇ ਸੁਸ਼ੋਭਿਤ ਨੇ ਹਰੀਚੰਦ ਮੱਖਣ ਸਿੰਘ ਦੀ ਜਰਨੈਲ ਸਿੰਘ ਦੀ ਧਰਤੀ ਹੁਸ਼ਿਆਰਪੁਰ ਦੇ ਖਿਡਾਰੀ ਪੀਲੀ ਡਰੈਸ ਦੇ ਵਿੱਚ ਸਾਡੇ ਅੱਗੇ ਗੁਜ਼ਰ ਰਹੇ ਨੇ ਹੁਸ਼ਿਆਰਪੁਰ ਦੇ ਖਿਡਾਰੀ ਕਪੂਰਥਲਾ ਬਾਸਕਟਬਾਲ ਕਬੱਡੀ ਜੇ ਸੀ ਟੀ ਫਗਵਾੜਾ ਦੀ ਧਰਤੀ ਸੱਜਣ ਸਿੰਘ ਚੀਮਾ ਬਲਵਿੰਦਰ ਸਿੰਘ ਫਿੱਡੂ ਸਰਵਨ ਸਿੰਘ ਬੱਲ ਦੀ ਧਰਤੀ ਕਪੂਰਥਲਾ ਦੇ ਖਿਡਾਰੀ ਮੰਚ ਦੇ ਅੱਗੇ ਗੁਜ਼ਰ ਰਹੇ ਨੇ ਬਾਕੀ ਵੀ ਜਿੱਥੋਂ ਵੀ ਖਿਡਾਰੀ ਗੁਜ਼ਰ ਰਹੇ ਨੇ ਤਾੜੀਆਂ ਤੁਹਾਡੀਆਂ ਰੁਕਣੀਆਂ ਨਹੀਂ ਚਾਹੀਦੀਆਂ ਦਰਸ਼ਕਾਂ ਨੂੰ ਬੇਨਤੀ ਆ ਕਪੂਰਥਲਾ ਤੋਂ ਬਾਅਦ ਸਾਡੇ ਪੰਜਾਬ ਦਾ ਮਾਨਚੈਸਟਰ ਲੁਧਿਆਣਾ ਜ਼ਿਲ੍ਹਾ ਪੰਜਾਬ ਦਾ ਸੈਂਟਰ ਕਿਲ੍ਹਾ ਰਾਏਪੁਰ ਦੀ ਧਰਤੀ ਮਿੰਨੀ ਓਲੰਪਿਕਸ ਦੀ ਬ੍ਰਿਗੇਡੀਅਰ ਦਲੀਪ ਸਿੰਘ ਜਗਦੀਸ਼ ਦਿਓਲ ਦਲਜੀਤ ਗਰੇਵਾਲ ਮੁੱਖ ਮੰਤਰੀ ਸਾਹਿਬ ਨੇ ਲੁਧਿਆਣਾ ਦੇ ਵਿਕਾਸ ਠਾਕਰ ਨੂੰ 50 ਲੱਖ ਨਾਲ ਪਰਸੋਂ ਹੀ ਸਨਮਾਨਿਤ ਕੀਤਾ ਲੁਧਿਆਣਾ ਦੀ ਧਰਤੀ ਇਸ ਤੋਂ ਬਾਅਦ ਮਲੇਰਕੋਟਲਾ ਉਹ ਨਾਮਧਾਰੀ ਕੁੱਕਿਆਂ ਦੀ ਸ਼ਹੀਦੀ ਧਰਤੀ ਕੁੱਪਰੀੜਾ ਦੀ ਧਰਤੀ ਜਿਸਨੇ ਅਜਮੇਰ ਸਿੰਘ ਲਾਭ ਸਿੰਘ ਜੈਪਾਲ ਜੈ ਖਿਡਾਰੀ ਪੈਦਾ ਕੀਤੇ ਮਲੇਰਕੋਟਲਾ ਦੇ ਖਿਡਾਰੀ ਮੰਚ ਅੱਗੇ ਗੁਜ਼ਰ ਰਹੇ ਨੇ ਮਾਨਸਾ ਦੇ ਹੀ ਸਰ ਨੇ ਹੁਣ ਝੰਡਾ ਚੜਾਇਆ ਸੀ ਮਾਨਸਾ ਦੀ ਧਰਤੀ ਸੁਖਮੀਤ ਕੌਰ ਮਨਦੀਪ ਕੌਰ ਉਦੇਵੀਰ ਸਿੰਘ ਤੇ ਵਿਜੇਵੀਰ ਸ਼ੂਟਿੰਗ ਵਾਲੇ ਮਾਨਸਾ ਦੀ ਧਰਤੀ ਦੇ ਖਿਡਾਰੀ ਮੰਚ ਅੱਗੇ ਗੁਜ਼ਰ ਰਹੇ ਨੇ ਖਿਡਾਰੀਆਂ ਵਿੱਚ ਬਹੁਤ ਉਤਸ਼ਾਹ ਮੁੱਖ ਮੰਤਰੀ ਸਾਹਿਬ ਤੁਸੀਂ ਉਹਨਾਂ ਲਈ ਇਹ ਮੇਲਾ ਸਿਰ ਜਾਏਗਾ ਮੋਗਾ ਗਦਰੀ ਸ਼ਹੀਦਾਂ ਦੇਸ਼ ਭਗਤਾਂ ਅਤੇ ਸਾਹਿਤਕਾਰਾਂ ਦੀ ਧਰਤੀ ਮੁੱਖ ਮੰਤਰੀ ਸਾਹਿਬ ਤੁਸੀਂ ਹਾਲ ਹੀ ਵਿੱਚ ਹਰਮਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਮੋਗੇ ਦੀ ਨੂੰ 50 ਲੱਖ ਨਾਲ ਬਲਵੀਰ ਸਿੰਘ ਸੀਨੀਅਰ ਨੇ ਜਿੱਥੋਂ ਹਾਕੀ ਦੀ ਸ਼ੁਰੂਆਤ ਕੀਤੀ ਮੋਗਾ ਸ਼੍ਰੀ ਮੁਕਤਸਰ ਸਾਹਿਬ 40 ਮੁਕਤਿਆਂ ਦੀ ਇਤਿਹਾਸਕ ਧਰਤੀ ਖਦਰਾਣੇ ਦੀ ਢਾਬ ਦੀ ਉਹ ਧਰਤੀ ਜਿਸਨੇ ਸੁਖਪਾਲ ਪਾਲੀ ਨੂੰ ਪੈਦਾ ਕੀਤਾ ਕੁਲਦੀਪ ਸਿੰਘ ਭੁੱਲਰ ਕਮਲਪ੍ਰੀਤ ਕੌਰ ਮੁਕਤਸਰ ਸਾਹਿਬ ਦੇ ਸੁਖਪਾਲ ਪਾਲੀ ਅੱਜ ਟੋਰਚਰ ਲੇ 'ਚ ਵੀ ਹਿੱਸਾ ਲੈਣਗੇ ਸ਼ਹੀਦ ਭਗਤ ਸਿੰਘ ਨਗਰ ਜਿੱਥੋਂ ਮੁੱਖ ਮੰਤਰੀ ਸਾਹਿਬ ਤੁਸੀਂ ਖਟਖਟ ਕਲਾਂ ਦੀ ਇਤਿਹਾਸਕ ਧਰਤੀ ਤੋਂ ਸਹੁੰ ਚੁੱਕੀ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਦੁਆਰਾ ਖੁਆਬ ਲਿਆ ਅਤੇ ਪੰਜਾਬ ਦੀ ਇਸ ਧਰਤੀ ਦੇ ਖਿਡਾਰੀ ਤੁਹਾਡਾ ਸਵਾਗਤ ਕਰ ਰਹੇ ਨੇ ਪਠਾਨਕੋਟ ਸਾਡਾ ਉਹ ਜੰਮੂ ਕਸ਼ਮੀਰ ਨਾਲ ਲੱਗਦਾ ਜ਼ਿਲ੍ਹਾ ਜਿੱਥੋਂ ਦੇ ਅਵਨੀ ਛਾਬੜਾ ਸੁਵਿਧਾ ਭਗਤ ਅਤੇ ਵਿਸਾਖਾ ਬਾਕਸਿੰਗ ਦੇ ਖਿਡਾਰੀ ਪਠਾਨਕੋਟ ਪਟਿਆਲਾ ਜਲੰਧਰ ਤੋਂ ਬਾਅਦ ਖੇਡਾਂ ਦੀ ਉਹ ਨਰਸਰੀ ਜਿਸਨੇ ਗਾਮਾ ਪਹਿਲਵਾਨ ਦਾ ਸੀਐਮ ਸਾਹਿਬ ਤੁਸੀਂ ਅਕਸਰ ਜ਼ਿਕਰ ਕਰਦੇ ਹੋ ਕੇਸਰ ਪਹਿਲਵਾਨ ਦਾ ਜ਼ਿਕਰ ਕਰਦੇ ਹੋ ਪਲਵਿੰਦਰ ਚੀਮਾ ਦਾ ਜ਼ਿਕਰ ਕਰਦੇ ਹੋ ਗੁਰਲਾਲ ਘਨੌਰ ਸਰ MLA ਨੇ ਕਬੱਡੀ ਖਿਡਾਰੀ ਪਟਿਆਲਾ ਦੀ ਉਹ ਧਰਤੀ ਚੇਤਨ ਸਿੰਘ ਜੌੜਮਾਜਰਾ ਜੀ ਸਾਡੇ ਕੈਬਨਿਟ ਮੰਤਰੀ ਮੌਜੂਦ ਨੇ ਰੂਪਨਗਰ ਉਹ ਇਤਿਹਾਸਕ ਧਰਤੀ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਚਮਕੌਰ ਸਾਹਿਬ ਦੀ ਧਰਤੀ ਜਿੱਥੋਂ ਬਲਜੀਤ ਸਿੰਘ ਸੈਣੀ ਧਰਮਵੀਰ ਦੇ ਖਿਡਾਰੀ ਪੈਦਾ ਹੋਏ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਿਵਾਲਿਕ ਦੀ ਪਹਾੜੀਆਂ ਦੀ ਬੁੱਕਲ 'ਚ ਵਸਿਆ ਉਹ ਸ਼ਹਿਰ ਜਿੱਥੋਂ ਰਾਜਧਾਨੀ ਨਾਲ ਜੁੜਿਆ ਅਭਿਨਵ ਬਿੰਦਰਾ ਸਰ ਉੱਥੇ ਪੈਦਾ ਹੋਇਆ ਖੇਡ ਵਿਭਾਗ ਦਾ ਮੁੱਖ ਦਫ਼ਤਰ ਓਲੰਪੀਅਨ ਬਲਵੀਰ ਸਿੰਘ ਸੀਨੀਅਰ ਸਟੇਡੀਅਮ ਵੀ ਮੋਹਾਲੀ ਵਿਖੇ ਮੌਜੂਦ ਆ ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਰਾਜਪਾਲ ਸਿੰਘ ਹਰਲੀਨ ਦਿਓਲ ਅਰਜਨ ਬਬੂਟਾ
संगरूर सर मुख्यमंत्री साहब का अपना जिला, वित्त मंत्री साहब साढ़े सूचना ते लोक संपर्क मंत्री साहब उन्होंने जिला जितों गुजर रहे ने, कौर सिंह, सुनीता रानी, गीता रानी, तरन तरन इतिहासिक धरती, सुर सिंह तो करतार पलवान, सरवन सिंह, रणधीर सिंह धीरा, प्रवीण कुमार, मनदीप कौर, तरन तारण के खिडारी, तरन तारण के खिडारी, आखिर दे विच सर मेजबान जिला जलंधर, खेडां दी राजधानी, संसारपुर, मिठापुर, खुसरोपुर की धरती, जलंधर जिला सर जलंधर लई ताड़ियां बहुत पांदियां जिन्हां दे उत्साह ने अज इह खेड मेले की रंगारंग शुरुआत की है। सर जलंधर दी धरती तो अज खेडां दा आगाज हो रहा है, PAP दा बैन मदर धुना दे नाल अगे गुजरता होया। इस तो बाद टॉर्च रिले वाले तैयार रहन, टॉर्च रिले मुख्यमंत्री साहब खेडां दे विच जिते मार्च पास की बहुत अहमियत होंदी है, मार्च पास दे नाल टॉर्च रिले उहदा बहुत वड्डा हिस्सा होंदा गा जिथों खेडां की मिसाल जगाई जाती है, खेडां की मिसाल खिडारियों नूं जोश भरती है। दोस्तों जिथों जिथों भी खिडारी गुजर रहे ने मीडिया ब्लॉक के अगे हुण मार्च पास गुजर रहा गा, मार्च पास दे विच तुसी पंजाब दी जवानी दा सर जोश देखिया जिसने अगले दो महीनों दे विच वख वख खेडां दे विच करतब दिखाने ने। ज्यों ही मार्च पास दे खिडारी ग्राउंड विच पहुंच जाणगे उस तो बाद सर मशाल मार्च होएगी, स्पोर्ट्स इवेंट दे विच मार्च पास तो बाद टॉर्च रिले दी अपनी सर अहमियत हुंदी आ। इस बार सर खेड विभाग दा है तहिया रहा मार्च पास लई पंजाब दे उन्हां नामी खिडारियों की चोण की आ जिन्हां ने देश का नाम रोशन किया, वारों वारी सर वो मंच के अगे गुजरनगे टॉर्च रिले नूं लैके जगह के उत्ते मार्च पास की तो बाद मशाल मार्च भी स्टार्ट करांगे। सर मार्च दे बाद मशाल मार्च की शुरुआत करनगे बलजीत सिंह ढिल्लो ते मनजीत कौर, ओलंपियन बलजीत सिंह ढिल्लो भारतीय हाकी का सबका कप्तान जिसने 3 ओलंपिक्स खेडिया, अर्जुन अवार्डी, एशियन गोल्ड मेडलिस्ट, मनजीत कौर सर 400 मीटर दी खिडारन जिसने 2 ओलंपिक्स में हिस्सा लिया, लगातार 3 एशियन गेम्स के गोल्ड मैडल जीते, कॉमनवेल्थ के गोल्ड जीतया, सिल्वर जीतया। सर तुहानू दसदा मनजीत कौर वह अथलीट आ जिसने PT ऊषा का रिकॉर्ड तोड़िया सी, PT ऊषा तो बाद मनजीत कौर 20 साल 400 मीटर की रिकॉर्ड होल्डर रही। बलजीत ढिल्लो ते मनजीत कौर जलंधर नाल सर जुड़े, तरन तारण का जद्दी शहर बलजीत का, मनजीत गुरदासपुर तो, जलंधर की इस खेड राजधानी के उन्होंने कैरियर शुरू किया, देश का नाम रोशन किया। मशाल मार्च की शुरुआत की जाए, मशाल मार्च मशाल जगाई जा रही है, सारे दर्शकों को बेनती है जिथों भी यह मशाल गुजरेगी तुहाडा जोश वधाएगी, तुहाडा जोश पहला देख चुके हैं असी, तुहाडा उत्साह ठंडा नहीं पिया, तुसी मौसम के खराब होने के बावजूद भी स्टेडियम विच टिकटकी लगा के मुख्यमंत्री साहब का खिडारियों का बेसब्री नाल उड़ीक कर रहे सी, मौसम ने भी साथ दिता, ग्राउंड स्टाफ की भी मेहनत सी, जिला प्रशासन की सर बहुत वड्डी मेहनत सी, जिहड़ा खेड मेला शुरुआत हो रहा खेडां वतन पंजाब दीआं। मनजीत कौर ते बलजीत सिंह ढिल्लो तैयार, बार मशाल लैके सर शुरुआत हो चुकी है मशाल दी, ताड़ियां मार के स्वागत किया जाए स्टेडियम के खब्बे पासे तो, मशाल की शुरुआत हो चुकी है बलजीत सिंह ढिल्लो ते मनजीत कौर, ट्रैक दे सर बहुत दौड़ी है मनजीत कौर, बलजीत ढिल्लो ने 300 तो उपर मैच खेडे ने, इंडिया की कप्तानी की आ, अज ट्रैक दे विच मशाल लैके दौड़ रहा गा।
हूँ सर बलजीत मनजीत मशाल अगे हैंड ओवर करेंगे अरजिंदर सिंह रेहलू सर पैरा ओलंपिक का गोल्ड मैडल ब्रोंज मैडलिस्ट पावर लिफ्टिंग दे विच पैरा खिडारी इंडिया का इकलौता ओलंपिक मैडलिस्ट है सर पैरा दे विच नाल सुमन शर्मा जो अर्जुन अवार्डी एशिया की कप्तानी की 1982 एशियन गेमां दे विच हिस्सा लिया सुमन शर्मा अर्जुन अवार्डी बास्केटबॉल खिडारन अरजिंदर सिंह रेहलू ने सर एथन दियां ओलंपिक दे विच ब्रोंज मैडल जितया ग्लासगो दियां कॉमनवेल्थ गेम्स दे विच सिल्वर मैडल जितया पैरा ओलंपिक दे विच इको एक साडे कोल पावर लिफ्टर आ जिसने यह माण हासिल किया गा अरजिंदर सिंह रेहलू ते सुमन शर्मा अगे सर विकास ठाकुर ते सिमर चकर नूं मशाल दे रहे ने जो मन चुको गुजरनगे सर विकास ठाकुर नूं दो दिन पहला तुसी 50 लख दे कैश प्राइज नाल सम्मानित किया तीन बार लगातार कॉमनवेल्थ गेम का मैडलिस्ट विकास ठाकुर वेट लिफ्टर सिमरनजीत कौर चकर सर पंजाब की पहली ओ बॉक्सर जिसने ओलंपिक दे विच हिस्सा लिया अर्जुन अवार्डी वर्ल्ड चैंपियनशिप ब्रोंज मैडलिस्ट सिमरनजीत कौर चकर ते विकास ठाकुर अगे मशाल लेके दौड़ रहे ने सर अगे तुहानू बड़ी खुशी होवेगी जो हैंड ओवर करना सुखपाल सिंह पाली नू सीएम सिक्योरिटी दे विच एसपी ने अर्जुन अवार्डी ने इंडिया की बास्केटबॉल टीम के कप्तान रह चुके ने एशियन गेम च उन्होंने मैडल जितया सुखपाल सिंह पाली उन्होंने नाल दमनीत सिंह मान सर खेड मंत्री साहब के जिले का दमनीत सिंह मान जिसने जूनियर वर्ल्ड चैंपियनशिप के सिल्वर मैडल जितया यूथ एशियन के सिल्वर मैडल जितया ये हैमर थ्रो का खिडारी सर दो साल बाद पैरिस ओलंपिक के नज़र आएगा हैमर थ्रो का खिडारी दमनीत सिंह मान से सुखपाल सिंह पाली मुक्तसर का अर्जुन अवार्डी वालीबाल खिडारी इस तो बाद सर जो मशाल अगे सौंपी जा रही है वह गुरप्रीत सिंह ते हरप्रीत सिंह गुरप्रीत सिंह ते हरप्रीत सिंह सर गुरप्रीत सिंह ने एशियन गेम्स गोल्ड मैडल जितया नैशनल स्टाइल कबड्डी दे विच जो इस खेडां दा हिस्सा गा सैफ गेमां दा गोल्ड मैडलिस्ट पंजाब पुलिस की कप्तानी की पंजाब की कप्तानी की इंडिया की कप्तानी की हरप्रीत सिंह हैप्पी बॉक्सिंग दे विच सर जिसने मेलबॉर्न कॉमनवेल्थ गेम्स दे विच सिल्वर मैडल जितया सैफ गेम का गोल्ड मैडलिस्ट YMCA का गोल्ड मैडलिस्ट एशियन चैंपियनशिप का ब्रोंज मैडलिस्ट नौ बार का नैशनल चैंपियन हरप्रीत सिंह हैप्पी बॉक्सर ते गुरप्रीत सिंह कबड्डी खिडारी इस तो अगे सर स्वर्ण सिंह बिरक जिसने झंडा चढ़ाया रोइंग का खिडारी सर हर खेड का खिडारी सर अज इस मशाल मार्च हिस्सा ले रहा है मानसा का वह स्वर्ण सिंह बिरक जिसने एशिया च गोल्ड जितया ओलंपिक के हिस्सा लिया उसके नाल सर परनम चोपड़ा जो बैडमिंटन के कॉमनवेल्थ गेम्स का गोल्ड मैडलिस्ट है इंडिया इंटरनेशनल रशिया ओपन ब्राजील ओपन का गोल्ड मैडलिस्ट चार बार दे नैशनल चैंपियन परनम चोपड़ा अगे सर मशाल उस खिडारन सौंपी जाएगी गुरजीत कौर तुसी सर दो दिन पहला गुरजीत कौर का हल्लाशेरी दिती 40 लाख के कैश प्राइज ना सम्मानित किया कॉमनवेल्थ की मैडलिस्ट भारत की गोल्ड मशीन गुरजीत कौर एशियन गेम की मैडलिस्ट ओलंपिक की सैमीफाइनलिस्ट इस बार भी कॉमनवेल्थ के ब्रोंज मैडल जितया गुरजीत कौर मशाल नू जगा रही है सर ये मशाल प्रतीक आ खिडारियों के जोश का जिस तरह मशाल जगेगी उस तरह खिडारी मैदान के कुदनगे मल्ला मारनगे हुण मैं अथलीटां नू सद्दा देवांगा जिन्हां नू सौं चुकनी आ नवनीत कौर सर जुडो की खिडारन पंजाब पुलिस की वह जुडो का जिसने सर खेलो इंडिया तो लैके इंटरनेशनल तक मैडल जितते उस सारे खिडारियों वालों खेड भावना नाल खेडन की सहु चुकेगी नवनीत कौर नवनीत कौर मैं गुजारिश करांगा उमर अजय सिंह राणा सर जैवलिन का जो झंडा बरदार सी हाल ही विच ओलंपिक खेडां जदों होईयां टोक्यो दे विच तां जलंधर दे मनप्रीत झंडा बरदार सी सर हुण उमर अजय सिंह राणा इन्हां खेडां दा झंडा बरदार आ जिसने जूनियर ओलंपिक दे विच भारत की नुमाइंदगी की भारतीय खेड दल की अगवाई की नवनीत कौर जुडो का खिडारियों वालों सची सुची खेड भावना खेडन की सहु चुकनगी नवनीत कौर ਪੰਜਾਬ ਦੇ ਸਾਰੇ ਖਿਡਾਰੀ ਸਹੁੰ ਖਾਂਦੇ ਹਾਂ ਕਿ ਅਸੀਂ ਖੇਡਾਂ ਵਤਨ ਪੰਜਾਬ 2022 ਵਿੱਚ ਸੱਚੀ ਤੇ ਸੁੱਚੀ ਖੇਡ ਭਾਵਨਾ ਦੇ ਨਾਲ ਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਪੰਜਾਬ ਦੀ ਆਨ ਤੇ ਖੇਡਾਂ ਦੀ ਸ਼ਾਨ ਉੱਚੀਆਂ ਕਰਨ ਲਈ
बहुत बहुत धन्यवाद। थोड़ा तालियां दे विच जोश घट दिख रहा है। मानयोग मुख्यमंत्री साहब ने इन्ना वड्डा उपराला आपां सारयां दे लई पंजाब दी जवानी दे लई कीता है। एक बार जोरदार तालियां दे नाल मुख्यमंत्री साहब का धन्यवाद। कहिंदे ना महल उच्चिया ना उच्चे मीनारां दे नाल, ना महला उच्चिया ना उच्चे मीनारां दे नाल कौम उच्ची उठती है किरदारां दे नाल। ते सानू सारयां नूं माण है कि साडी रहनुमाई ओह महान आगू कर रहे ने जिन्हां दी सोच दी सारी दुनिया कायल है। मैं मानयोग मुख्यमंत्री साहब नूं हुण बेनती करदा कि वह रस्मी तौर पर इन्हां खेडां नूं शुरू करन दा ऐलान करन। मानयोग मुख्यमंत्री साहब मैं पहलियां खेडां वतन पंजाब दियां 2022 दे उद्घाटन दा ऐलान करदा। बहुत बहुत धन्यवाद सर। एक जशन दा माहौल, आपां सारयां वल्लों तालियां दी किसे तरह की कोई कमी नहीं आनी चाहिए। बहुत ही शानदार नजारा, पंजाब दे विच खेडां दा एक नवा माहौल सिरजण दे लई पंजाब सरकार वालों बेहतरीन उपराला, जिस दे तहत ब्लाक पद्धर तो लैके सूबा पद्धर तक वक्त वक्त खेडां दे मुकाबले कराए जाणगे। नौजवानां दे हुनर नूं तराशा जाएगा अते उन्हां नूं उस मुकाम ते लेके जाण दी कोशिश कीती जाएगी जिथे ओह देश दा पंजाब दा अते साडे सारयां दा माण उच्चा कर सकन। बहुत बहुत धन्नवाद सर। समागम नूं अगे वधाउंदे होए मैं हुण बेनती करांगा मार्च पास्ट वाले कंटिंजेंट्स नूं कि ओह आपो अपनी जगह ते जाके बैठन दी कृपालता करन अते सभ्याचारक समागम दा आनंद मानन। स्केटिंग एक बहुत ही मुश्किल खेड समझी जांदी है क्योंकि उहदे विच मानसिक अते शरीरक बैलेंस बना के रखना होंदा है, पर पंजाबियां ने सर कदी कोई काम इदां दा कीता ही नहीं जिहदे विच उहनां नूं महारत हासिल ना होवे। इसे लई शायद कहा जांदा है बेहिमते ने ओह बहके जिहड़े शिकवा करन मुकद्दरां दा, उगण वाले तां उग पैंदे ने सीणा चीर के पत्थरां दा। स्केटिंग दे जौहर दिखाउण दे लई मैं सदा देण जा रहा हां पुलिस डीएवी पब्लिक स्कूल दे विद्यार्थियों नूं। बहुत ही छोटे विद्यार्थी जिन्हां दे विच एक विद्यार्थी की उम्र 5 साल की है, उन्हां नूं बेनती है कि वह मंच ते आउण ते आके अपनी कला दे जौहर दिखाउण। स्केटिंग वाले स्क्वाड बहुत ही मुकद्दस मौका, जिस मौके ते जिथे पंजाब भर के खिडारी इत्थे साडे दरम्यान मौजूद ने उत्थे पंजाब की समुची कैबिनेट मानयोग मुख्यमंत्री साहब की रहनुमाई दे विच इत्थे विराजमान है। मीडिया दे साडे बहुत सारे साथी इस समागम की कवरेज नूं आलमी पद्धर ते दिखा रहे ने, असीं उहनां दे भी धन्नवादी हाँ। स्केटिंग वाले विद्यार्थी, छोटे छोटे प्यारे बच्चे मंच के दरमियान पहुंच चुके ने,
तो अगली परफॉर्मेंस क्योंकि पीटी थी उन्होंने बच्चों भी बेनती है कि वह आके अपनी थान से बैठ जाए। स्केटिंग वाले विद्यार्थी अपनी कला का जौहर पेश करेंगे। स्केटिंग के विद्यार्थी बहुत बहुत धन्यवाद।
इन्हां प्यारे बच्चियां दा ये उम्मीद ने साडे भविख दी। सर मैं इत्थे दसना चाहांगा कि अज सर 15,000 विद्यार्थी वख-वख स्कूलां तो इस समागम दे विच हिस्सा लै रहे ने। सर समागम नूं अगे वधाउंदे होए मैं हुण सदा देण जा रहा पंजाब सरकार दे वख-वख स्कूलां तो आए हुए बच्चों के लिए जिन्होंने यही सुनेहा लेके आए ने कि अपनी एक धरती अपना एक आकाश पैदा कर, तू अपने लिए एक नवा इतिहास पैदा कर, मंगल नाल कद मिली है खुशी मेरे दोस्त, तू अपने हर कदम ते विश्वास पैदा कर। उस विश्वास का प्रगटावा करन दे लई पीटी दे 800 दे करीब बच्चे अज सेहतमंद पंजाब नूं सिरजन दा सुनेहा देण लई सर आए ने। मैं उन्हां नूं बेनती करदा हां कि वह अपनी पेशकारी पेश करन। पीटी दे विद्यार्थी
ਆ ਪੀਟੀ ਸ਼ੋਅ ਦੇ ਬੱਚਿਆਂ ਦਾ ਹੁਣ ਮੈਂ ਸੱਦਾ ਦੇਵਾਂਗਾ ਮਾਸਪੀਟੀ ਪ੍ਰੇਡ ਮਾਰਸ਼ਲ ਆਰਟ ਗੱਤਕਾ ਦਸ਼ਮੇਸ਼ ਜੀ ਦਾ ਧਰਤੀ ਵਿੱਚ ਹੋਲੇ ਮਹੱਲੇ ਦੀ ਸ਼ੁਰੂਆਤ ਹੋਈ ਸਾਨੂੰ ਦਸ਼ਮੇਸ਼ ਪਿਤਾ ਦਾ ਇਹ ਸੁਪਨਾ ਸੀ ਜਦੋਂ ਉਹਨਾਂ ਨੇ ਮਾਰਸ਼ਲ ਆਰਟ ਦੀ ਸ਼ੁਰੂਆਤ ਕੀਤੀ ਹੋਲੇ ਮਹੱਲੇ ਦੇ ਮੌਕੇ ਵੀਰ ਬਚਿੱਤਰ ਸਿੰਘ ਵਿਧੀ ਚੰਦ ਸਾਡੇ ਵੀਰ ਹੋਏ ਬਾਬਾ ਦੀਪ ਸਿੰਘ ਚਮਕੌਰ ਦੀ ਗੜੀ ਦੇ ਵਿੱਚ ਜੇ ਸਾਡੇ ਸਿੰਘਾਂ ਨੇ ਲੱਖਾਂ ਦੀ ਫੌਜ ਦਾ ਮੁਕਾਬਲਾ ਕੀਤਾ ਤਾਂ ਉਹ ਮਾਰਸ਼ਲ ਆਰਟ ਗੱਤਕਾ ਸੀ ਜੋ ਹੋਲੇ ਮਹੱਲੇ ਤੇ ਸਜਾਇਆ ਜਾਂਦਾ ਸੀ ਮਾਰਸ਼ਲ ਆਰਟ ਗੱਤਕਾ ਦੇ ਵੀਰ ਮਾਰਸ਼ਲ ਆਰਟ ਦੇ ਜੌਹਰ ਦਿਖਾਉਣ ਲਈ ਤਿਆਰ ਨੇ 360 ਡਿਗਰੀ ਵਿਊ ਕਰਕੇ ਗੱਤਕੇ ਦੀ ਪਰਫਾਰਮੈਂਸ ਹਰ ਜਗ੍ਹਾ ਪੇਸ਼ਕਾਰੀ ਹੋਵੇਗੀ ਮੰਚ ਦੇ ਸਾਹਮਣੇ ਵੀ ਸੱਜੇ ਪਾਸੇ ਵੀ ਤੇ ਖੱਬੇ ਪਾਸੇ ਵੀ ਹਿਸਾਬ ਲਾਈ ਜਾਂਦਾ ਵੀ ਜੋਸ਼ ਘੱਟ ਗਿਆ ਕੀ ਗੱਲ ਏਦਾਂ ਇਹ ਖਿੱਚ ਕੇ ਇੱਕ ਵਾਰੀ ਹੋਰ ਤੋ ਗੁਰੂ ਕੀ ਲਾਡਲੀ ਫੌਜ ਤਿਆਰ ਪਰ ਤਿਆਰ ਬਹੁਤ ਸੋਹਣਾ ਆਗਾਜ਼ ਖੇਡਾਂ ਵਤਨ ਪੰਜਾਬ ਦੀਆਂ 2022 ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਸਾਰਿਆਂ ਦੇ ਆਪਣੇ ਮੈਂ ਪਹਿਲਾਂ ਵੀ ਕਿਹਾ ਕਲਾਕਾਰਾਂ ਦੇ ਬਿਜ਼ਨਸਮੈਨਾਂ ਦੇ ਡਾਕਟਰਾਂ ਦੇ ਇੰਜੀਨੀਅਰਾਂ ਦੇ ਹਰ ਇੱਕ ਪੰਜਾਬੀ ਦੇ ਸਾਡੇ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਪੂਰਾ ਇੰਜੋਏ ਕਰ ਰਹੇ ਨੇ ਖੁਸ਼ ਨੇ ਅੱਜ ਇੱਕ ਹਰ ਇੱਕ ਪੰਜਾਬੀ ਖੁਸ਼ ਹੈ ਹਰ ਇੱਕ ਖਿਡਾਰੀ ਖੁਸ਼ ਹੈ ਹਰ ਇੱਕ ਖਿਡਾਰੀ ਦਾ ਜਿਹੜਾ ਮਾਂ ਪਿਓ ਆ ਉਹ ਖੁਸ਼ ਹੈ ਅੱਜ ਬਹੁਤ ਸੋਹਣਾ ਦਿਨ ਬਹੁਤ ਇਤਿਹਾਸਿਕ ਦਿਨ ਔਰ ਇੱਕ ਗੱਲ ਖਾਸ ਗੱਲ ਹੋਰ ਵੀ ਭਗਵੰਤ ਮਾਨ ਸਾਹਿਬ ਤੇ ਮੈਮ ਗੁਰਪ੍ਰੀਤ ਜੀ ਦਾ ਜਿਹੜਾ ਕੰਬੀਨੇਸ਼ਨ ਹੈ ਉਹ ਵੀ ਬਹੁਤ ਸੋਹਣਾ ਜ਼ੋਰਦਾਰ ਤਾੜੀਆਂ ਇਸ ਕੰਬੀਨੇਸ਼ਨ ਲਈ ਜ਼ੋਰਦਾਰ ਤਾੜੀਆਂ ਮੈਂ ਦੇਖਿਆ ਜਦੋਂ ਸਕਰੀਨ ਦੇ ਉੱਤੇ ਇਹ ਜੋੜੀ ਦੀ ਫੋਟੋ ਆਉਂਦੀ ਸੀ ਤੁਸੀਂ ਸਾਰੇ ਚੀਕਾਂ ਮਾਰਦੇ ਸੀ ਤਾੜੀਆਂ ਮਾਰਦੇ ਸੀ ਸੋ ਇਹ ਜੋੜੀ ਹਮੇਸ਼ਾ ਹੀ ਤਰੱਕੀਆਂ ਕਰੇ ਪੰਜਾਬ ਤਰੱਕੀਆਂ ਕਰੇ ਹਰ ਇੱਕ ਪੰਜਾਬੀ ਤਰੱਕੀ ਕਰੇ ਸੋ ਅਗਲੀ ਜਿਹੜੀ ਪੇਸ਼ਕਾਰੀ ਹੈ ਗੱਤਕੇ ਦੀ ਉਹਦਾ ਅਸੀਂ ਆਨੰਦ ਮਾਣਦੇ ਹਾਂ ਥੈਂਕ ਯੂ ਸੋ ਮਚ ਪਰ ਹਜੇ ਰਣਜੀਤ ਬਾਵਾ ਜੀ ਨੇ ਵੀ ਆਉਣਾ ਤੁਹਾਡੇ ਨਾਲ ਗੱਲਾਂ ਕਰਨ ਤੇ ਉਹਨੇ ਵੀ ਆਉਣਾ ਜਿਹਦੀ ਮੁੱਛ ਡਬਲਯੂ ਵਰਗੀ ਹੈ ਅੰਮ੍ਰਿਤ ਮਾਨ ਹੋਰਾਂ ਨੇ ਵੀ ਹਜੇ ਆਪਣੀ ਹਾਜ਼ਰੀ ਲਵਾਉਣੀ ਹੈ ਥੀਮ ਸੌਂਗ ਦੇ ਉੱਤੇ ਹਾਂ ਪੂ 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 ਖਿੱਚ ਕੇ ਰੱਖੋ ਕੰਮ ਅੱਜ ਪਤਾ ਲੱਗ ਜੇ ਦਿੱਲੀ ਤੱਕ ਆਵਾਜ਼ਾਂ ਜਾਣ ਸੋ ਅਗਲੀ ਪੇਸ਼ਕਾਰੀ ਗੱਤਕੇ ਦੀ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਹਾਂਜੀ ਗੁਰੂ ਕੀ ਲਾਡਲੀ ਫੌਜ ਕੜਾਕ ਬਾਣ ਵੱਜਣ ਗੋਬਿੰਦ ਸਿੰਘ ਜਵਾਨ ਕੇ
वाहेगुरु जी का खालसा वाहेगुरु जी की फतेह। दोहरा नाम के निहंग है माता साहिब देवा के सबूत है, शास्त्र के धारी है अकाल के पुजारी है, जोत में जब गायते हैं जी तुरगढ़ साहब भगत हैं जी, अकाल की फौज है जी रहते अपनी मौज में जी, गुरु नानक की आश है जी गुरु गोविंद सिंह की वाश है जी, जयकारे जावे निहाल हो जावे अकाल पुरख नु भावे निहाल हो जावे सत श्री अकाल। बोटिया नोचने वाला गीदड़ गला फाड़ने से शेर नहीं बन जाता। शाबाश 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 खिंच 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 के शास्त्रां नूं सलामी पैंतरा पंजाब गतका एसोसिएशन दी टीम। हां जी भाई साहब भाई दीपक सिंह जी, हां जी मनप्रीत सिंह चक्कर फराई, शाबाश 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 खिच के। हां जी भाई साहब मनप्रीत सिंह, हां जी भाई तारमवीर सिंह जी शास्त्र का नाम है फाड़ीदार गुरज, शाबाश 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 भाई गौरव सिंह, हां जी शाबाश 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 साड़ी विरासत साड़ी खालस विरासत गतका तो बहुत बहुत धन्यवाद। पंजाब सरकार का जो इन्होंने गेमों के इस बार गतका शामिल किया तो बहुत बहुत धन्यवाद है। हाँ जी शाबाश शाबाश, हाँ जी ¡Gracias!
लाडलियां फौजां ने जोर दिखाए। ये मार्शल आर्ट गतका सर अज दियां मॉडर्न गेम चाहे जैवलिन होवे, फेंसिंग होवे, आर्चरी होवे, चाहे वेट लिफ्टिंग होवे, बॉक्सिंग होवे, ये गेमां इत्थों निकलियां मॉडर्न गेम गुरु दियां लाडली फौजां। हुण सर असीं सद्दा देवांगे थीम सोंग नूं। थीम सोंग अमृत मान ते रणजीत बाबा ने तैयार किया। थीम सोंग दे विच गामे मेहरदीन का भी जिक्र है, हॉकी वालियां दी हैडलाइन भी आ, हरजिंदर कौर का भी जिक्र है, फसलों से नस्लों बचाने की गल भी की आ, बाबे नानक की बाणी का भी जिक्र आ। थीम सोंग, थीम सोंग। बहुत धन्यवाद, बहुत धन्यवाद। गुरु की लाडलियां फौजा पूरा जोश, पूरा जोहर, परमात्मा के ओट आसरे के नाल शुरुआत। निक्के निक्के बच्चे जिन्हां दे विचों साडे पंजाब दा फ्यूचर, ये जोश चंगे पासे जांदा होया। सत श्री अकाल, वाहिगुरु जी की फतेह। परमात्मा तुहाडी लंबी उम्र करे, तुसी तंदुरुस्त रहो, तुसी तरक्कियां करो। बहुत जोश वाली गेम, बहुत हिम्मत, बहुत दलेर, ये योधे हमेशा ही तरक्कियां करन, पंजाब दा नाम उच्चा करन, अपने माँ प्यो दा नाम उच्चा करन, चढ़दी कला च रहन, निक्के निक्के योधे हसदे होए, खेडदे होए। सो हुण वारी जिहड़ा थीम सोंग है साडा, पिछे बहुत सोहणियां वर्दियां दे विच भंगड़े वाले गभरू ते साडियां मुटियारां, इदां लगदा जिवें पंजाब भी सारा तैयार हो के आया। सो जोरदार ताड़ियां इन्हां सारिआं लई, जोरदार ताड़ियां एक बारी ग्राउंड च, जोरदार ताड़ियां। यही जोश, यही जज्बा, वो कलाकार जिन्होंने तुहाडे दिलां च जगह बनाई, जोरदार ताड़ियां रणजीत बाबा अमृत मान, जोरदार ताड़ियां। स्टेज वल वधदे होए, स्टेज वल वधदे होए। सो तुसी भंगड़े का आनंद माणोगे थीम सोंग के उत्ते। एक नौजवान चंगे पासे वल वधदे होए, हमेशा ही पंजाब, पंजाबी ते पंजाबी बोली दे लई गल कीती, रणजीत बाबा होरां ने हमेशा ही पंजाबी बोली दी, पंजाबी लैंग्वेज दी गीता राही सेवा कीती अमृत मान होरां ने। सो इन्हां नूं सुणन लई तुसी बहुत चिर तो मैनूं पता है इंतजार भी कर रहे सी, इंतजार दीआं घड़ियां खत्म। स्टेज दे उत्ते तुहाडे अपने अमृत मान ते रणजीत बाबा, और पिछे कल्ले कल्ले जिहड़े जिहड़ा स्टूडेंट है कल्ला कल्ला, जिन्हां ने वर्दी दे विच बहुत सोहणियां ड्रेसिस, मैनूं पता है स्कूल स्कूल तो तुसी आए होंगे, बहुत दूरों दूरों आए होंगे, तुहानूं भुख भी लगी होगी, पर मैनूं पूरा भरोसा कि तुहाडे विच पूरी एनर्जी है। एक होर खुशखबरी है, मुख्यमंत्री साहब ने बच्चों की परफॉर्मेंस देख के उन्होंने तोहफा दिता गा। कल जलंधर जिले के सारे स्कूलों के छुट्टी होगी, तुसी हफ्ते तो तैयारी करते आ रहे थे, छुट्टी का लाण मेरे ख्याल च रणजीत बाबे ते अमृत मान की परफॉर्मेंस ना भी वड्डा थोड़े लिए। मुख्यमंत्री साहब ने तुहाडी मेहनत देख के कल सारे स्कूलों जलंधर जिले छुट्टी का ऐलान किया गा। हुण स्टेज ओवर टू रणजीत बाबा अमृत मान थीम सोंग। हाँ जी, छुट्टी हो गई है जी, छुट्टी हो गई है, कल की छुट्टी है भाई। हाँ जी, ठीक ठाक हो, सेहत ठीक है थोड़िया। बाबा भाई साडा वड्डा वीर नाल आया, एक बार खेडां दे नाते, पंजाब दे नाते ताड़ियां ला दिओ, दब के स्वाद आ जाए। बहुत ज्यादा खुशी हुई कि खेडां दे लई इन्ने सोहणे यतन कीते जा रहे हैं। मान साहब धन्नवादी ने, पूरी सरकार नूं मुबारकां दिंदा। साडे वड्डे वीर मीत हीर खेड मंत्री ने, उन्होंने बहुत बहुत मेहनत कीती है, सारिआं नूं बहुत बहुत मुबारकां। सो असी एक थीम सोंग तैयार किया थोड़े सारे का कॉन्फिडेंस बूस्ट करने के लिए।
ਤੁਸੀਂ ਸਾਰਿਆਂ ਨੇ ਖੇਡਾਂ 'ਚ ਵੱਧ ਚੜ ਕੇ ਹਿੱਸਾ ਲੈਣਾ। ਕਲੋਜ਼ਿੰਗ ਸੈਰਮਨੀ ਤੱਕ ਵੀ ਅਸੀਂ ਦੋਵੇਂ ਭਰਾ ਖੇਡਾਂ ਦੇ ਪਿੱਛੇ ਚਾਹੇ ਜੋ ਹੋ ਜਾਏ ਅਸੀਂ ਖੜੇ ਹਾਂ, ਖੇਡਾਂ ਦੇ ਨਾਲ ਪੰਜਾਬ ਦੇ ਨਾਲ ਖੜੇ ਹਾਂ। ਭੰਗੜੇ ਵਾਲੇ ਵੀਰ ਸਾਡੇ ਭੈਣਾਂ ਇੱਧਰ ਇੱਕ ਵਾਰ ਤੁਸੀਂ ਵੀ ਆਪਦੇ ਨਾਂ ਤੇ ਤਾੜੀਆਂ ਲਾ ਦਿਓ, ਦੱਬ ਕੇ ਬਣਦੀਆਂ ਨੇ ਪੰਜਾਬ ਦਾ ਵਿਰਸਾ। ਤੇ ਹੁਣ ਮੈਂ ਕਹੂੰਗਾ ਜਿਹੜਾ ਥੀਮ ਸੌਂਗ ਆ ਉਹ ਪਲੇ ਕੀਤਾ ਜਾਵੇ, ਤੁਸੀਂ ਸਾਰਿਆਂ ਨੇ ਨਾਲ ਡਾਂਸ ਕਰਨਾ। ਜਿੰਨੇ ਵੀ ਮੇਰੀ ਆਵਾਜ਼ ਇੱਧਰ ਵੀ ਸੁਣ ਰਹੇ ਹੋ ਸਾਰੇ ਜਾਣੇ ਨਾਲ ਭੰਗੜਾ ਪਾਉਣਾ, ਲਾ ਦਿਓ ਬਾਈ, ਆ ਦਿਓ, ਆਵਾਜ਼ ਫੁੱਲ ਕਰ ਦਿਓ। ਓ ਮਿੱਟੀ ਜ਼ਰ ਖੇਸ ਤੇ ਪਸੀਨੇ ਵਿੱਚ ਖੂਨ ਮਿਲੇ, ਮਿਹਨਤਾਂ ਦੀ ਰੋਟੀ ਨਾਲ ਰੂਹ ਨੂੰ ਸਕੂਨ ਮਿਲੇ। ਮਿੱਟੀ ਜ਼ਰ ਖੇਸ ਤੇ ਪਸੀਨੇ ਵਿੱਚ ਖੂਨ ਮਿਲੇ, ਮਿਹਨਤਾਂ ਦੀ ਰੋਟੀ ਨਾਲ ਰੂਹ ਨੂੰ ਸਕੂਨ ਮਿਲੇ। ਨਸ਼ਿਆਂ ਤੋਂ ਦੂਰ ਗੱਭਰੂ ਆ ਜਿਸ ਦੇ, ਜਿੱਥੇ ਆਇਆ ਆਵਾਮ ਜੀ ਦੀਵਾਨੀ ਸੱਚ ਦੀ। ਖੇਤਾਂ ਵਿੱਚ ਵੇਖੀ ਝੂਲਦੀਆਂ ਫਸਲਾਂ, ਖੇਡਦੇ ਮੈਦਾਨਾਂ 'ਚ ਜਵਾਨੀ ਨੱਚਦੀ। ਓ ਖੇਤਾਂ ਵਿੱਚ ਵੇਖੀ ਝੂਲਦੀਆਂ ਫਸਲਾਂ, ਖੇਡਦੇ ਮੈਦਾਨਾਂ 'ਚ ਜਵਾਨੀ ਨੱਚਦੀ। ਸਿਰੀ ਉੱਤੇ ਹੱਥ ਬਾਬਾ ਆਪ ਰੱਖੂਗਾ, ਸੱਚੀ ਨੀਤ ਨਾਲ ਤਾਕਤ ਰੂਹਾਨੀ ਨੱਚਦੀ। ਖੇਤਾਂ ਵਿੱਚ ਵੇਖੀ ਝੂਲਦੀਆਂ ਫਸਲਾਂ, ਖੇਤ ਕੇ ਸਾਹਮਣੇ ਜਵਾਨੀ ਨੱਚਦੀ। ਖੇਤਾਂ ਵਿੱਚ ਵੇਖੀ ਝੂਲਦੀਆਂ ਫਸਲਾਂ, ਖੇਡਦੇ ਮੈਦਾਨਾਂ ਦੀ ਜਵਾਨੀ ਨੱਚਦੀ। ਪੰਜਾਬ ਕਰਕੇ ਵਿਖਾਊਗਾ ਤਰੱਕੀ ਸਾਡੀ, ਵੇਖੇ ਉਹ ਸਮਾਨੀ ਗੱਜਦੀ। ਖੇਤਾਂ ਵਿੱਚ ਵੇਖੀ ਝੂਲਦੀਆਂ ਫਸਲਾਂ, ਖੇਡਦੇ ਮੈਦਾਨਾਂ 'ਚ ਜਵਾਨੀ ਨੱਚਦੀ। ਖੇਤਾਂ ਵਿੱਚ ਵੇਖੀ ਝੂਲਦੀਆਂ ਫਸਲਾਂ, ਖੇਡਦੇ ਮੈਦਾਨਾਂ 'ਚ ਜਵਾਨੀ ਨੱਚਦੀ। ਜਿੱਥੇ ਬਾਬਿਆਂ ਉਚਾਰੀ ਗੁਰੂ ਬਾਣੀ ਸੱਚ ਦੀ। ਖੇਤਾਂ ਵਿੱਚ ਵੇਖੀ ਝੂਲਦੀਆਂ ਫਸਲਾਂ, ਖੇਡਦੇ ਮੈਦਾਨਾਂ 'ਚ ਜਵਾਨੀ ਨੱਚਦੀ। ਖੇਤਾਂ ਵਿੱਚ ਵੇਖੀ ਝੂਲਦੀਆਂ ਫਸਲਾਂ, ਖੇਡਦੇ ਮੈਦਾਨਾਂ 'ਚ ਜਵਾਨੀ ਨੱਚਦੀ। ਖੇਤਾਂ ਵਿੱਚ ਵੇਖੀ ਝੂਲਦੀਆਂ ਫਸਲਾਂ, ਖੇਡਦੇ ਮੈਦਾਨਾਂ 'ਚ ਜਵਾਨੀ ਨੱਚਦੀ। ਵਾਹ ਜੀ ਵਾਹ, ਬਹੁਤ ਪਿਆਰ। ਉਹ ਤਗੜੇ ਆ ਜਾਂਦੇ, ਬਹੁਤ ਪਿਆਰ, ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ। ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਬਹੁਤ ਪਿਆਰ, ਬਹੁਤ ਸਤਿਕਾਰ। ਇਸੇ ਤਰ੍ਹਾਂ ਮਿਹਨਤਾਂ ਕਰੋ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਬਾਬਾ ਜੀ। ਅੰਮ੍ਰਿਤ ਮਾਨ ਜੀ, ਤੁਹਾਡੇ ਬੋਲਾਂ ਨੂੰ ਖਿਡਾਰੀਆਂ ਨੇ ਸੱਚ ਸਾਬਤ ਕੀਤਾ। ਤੁਸੀਂ ਹਾਕੀ ਵਾਲਿਆਂ ਦੀ ਹੱਟ ਲੈਣ ਦੀ ਗੱਲ ਕੀਤੀ ਤੇ ਹਾਕੀ ਵਾਲਿਆਂ ਨੇ ਮੈਡਲ ਜਿੱਤਿਆ। ਧੀਆਂ ਨੇ ਮੈਡਲਾਂ ਦੀ ਗੱਲ ਕੀਤੀ ਤਾਂ ਹਰਜਿੰਦਰ ਕੌਰ ਨੇ ਵੇਟ ਲਿਫਟਿੰਗ ਦੀ ਮੈਡਲ ਜਿੱਤਿਆ। ਤੁਸੀਂ ਦੇਸ਼ਾਂ 'ਚੋਂ ਦੇਸ਼ ਪੰਜਾਬ ਦੀ ਗੱਲ ਕੀਤੀ ਤਾਂ ਸੀਐਮ ਸਾਹਿਬ ਨੇ ਖੇਡਾਂ ਵਤਨ ਪੰਜਾਬ ਦੀਆਂ ਲਿਖੀਆਂ। ਹੁਣ ਮੈਂ ਮਨਵਿੰਦਰ ਜੀ ਨੂੰ ਸੱਦਾ ਦੇਵਾਂਗਾ ਅਗਲੀ ਕਾਰਵਾਈ ਲਈ। ਥੈਂਕ ਯੂ ਸੋ ਮਚ। ਮੈਂ ਬੇਨਤੀ ਕਰੂੰਗਾ ਅੰਮ੍ਰਿਤ ਮਾਨ ਬਾਈ ਹੋਰਾਂ ਨੂੰ ਕਿ ਖੇਡਾਂ ਕਰਕੇ ਆਪਾਂ ਇੱਥੇ ਆਏ ਹਾਂ, ਤੁਸੀਂ 2 ਮਿੰਟ ਖੇਡਾਂ ਲਈ ਜ਼ਰੂਰ ਬੋਲਿਓ। ਅੰਮ੍ਰਿਤ ਮਾਨ ਬਾਈ ਨੂੰ ਮਾਈਕ ਦਿੱਤਾ ਜਾਵੇ ਤੇ ਰਣਜੀਤ ਬਾਵੇ ਵੀਰੇ ਨੂੰ, ਕਿਉਂਕਿ ਖੇਡਾਂ ਨੂੰ ਪਿਆਰ ਕਰਦੇ ਨੇ, ਖੇਡਾਂ ਨਾਲ ਆਪਾਂ ਪੰਜਾਬ ਨੂੰ ਅੱਗੇ ਵਧਾਉਣਾ। ਅੱਜ ਇਤਿਹਾਸਿਕ ਦਿਨ ਹੈ। ਮਾਈਕ ਪਲੀਜ਼ ਔਨ ਕਰ ਦਿਓ ਜੀ ਸਟੇਜ ਵਾਲਾ। ਹਾਂਜੀ, ਸਭ ਤੋਂ ਪਹਿਲਾਂ
खिच के ए दिल्ली तक पता लग जाए, दिल्ली तक जिन्ना ए रवनीत भाई दिल्ली तक नहीं है, कन्या कुमारी तो आवाज जापड़ी हूं तो मैं कहना चाहना कि जो खेडां दा उपराला किया गया इस उपराले ने किन्ने ही नौजवानों के जोश भरिया, किन्ने ही बच्चे मैं देखदा खेडां इहो जी चीज है जिहड़े शौक नाल खेडियां जांदियां, पंजाबियों का खून उबाले मारदा, जे इस खून नूं इस एनर्जी नूं सही पासे डाइवर्ट किया जाए तो साडी कौम वर्गी कोई कौम नहीं, इतिहास गवाह है। सो मैं एक बार फिर तो सरकार नूं वधाई दिंदा कि जेन्युइनली एक आम नागरिक होने के नाते, ये कोई कलाकार बन के नहीं, अज मैं एक आम नागरिक होने के नाते वधाई दिना कि सच्ची बहुत ही जोशीला उपराला है। एंड मैं उम्मीद करदा कि इस तरह अगे भी इदा के वधिया वधिया काम होंगे रहेंगे, एंड असी जिन्ने के भी जोगे हाँ असी यहोजे कामों के जिथे कि तरक्की की मोहर लगती असी नाल खड़े हाँ। मान साहब नूं बहुत बहुत मुबारक, सारी टीम उन्होंने नाल, साडा वड्डा वीर गुरमीत सिंह मीत हेयर जो कि खेड मंत्री ने, बहुत बहुत मुबारक उन्होंने भी, सारी कैबिनेट, सारे MLA, सारे वर्कर, सारे जिहड़े भी पहुंचे हैं, क्योंकि बैक जिहड़ी टीम हुंदी है बिहाइंड द सीन्स वाली वो ज्यादा मेहनत करती है, उन्होंने भी बहुत बहुत मैं धन्यवाद करदा। इन्ना सोहना फंक्शन अरेंज किया, इन्नी सोहनी सिक्योरिटी अरेंज की, बच्चों का एड्डा सोहना सिटिंग अरेजमेंट किया, बहुत खुशी हुंदी है। एंड ज्यादा तो मैं सियाना है नहीं, दुनिया देख देख के डरदी ही, हर जट दी मुछ डबलू वर्गी ही, चाहे गर्मी चाहे सर्दी, तड़के उठ के चवदा छोले नी बंबी हा बोले। क्या बात है, क्या बात है, जोरदार ताड़ियां दी, बंबी हा बोले। वाहिगुरु जी का खालसा, वाहिगुरु जी की फतेह। थैंक यू सो मच। हुण वारी रंजीत बाबा जी दी। बहुत बहुत थैंक यू, तुहाडे मां बाप नूं, तुहाडे पेरेंट्स नूं, तुहाडे अध्यापकां नूं, तुहाडे टीचर्स नूं बहुत बहुत वधाइयां जिहड़े तुहानूं इत्थे लै के आए आ। दब के मेहनत करो, पंजाब दा, पंजाबी दा, अपने मां बाप दा नां रोशन करो। बहुत बहुत वधाइयां CM साहब, सारी सरकार, सारी कैबिनेट, सारे मिनिस्टर साहबान, MLA साहबान, सारयां नूं बहुत बहुत वधाइयां। और तुहाडे जिन्ने भी तुसीं आए हो सारयां नूं मेरा बेस्ट विशेस, तुसीं खूब अपनी खेड अपनी मेहनत नूं जारी रखो और पंजाब दा, पंजाबीयत दा देशों विदेशों के विच नाम रोशन करो। आस करते हैं कि इत्थों बहुत सारे खिडारी निकलेंगे जिहड़े आने वाले टाइम दे विच साडे पंजाब दा, साडे देश दा, साडी बोली दा नाम रोशन करनगे। मालक तुहानूं सारयां नूं राजी रखण। बोले सो निहाल। थैंक यू सो मच, थैंक यू सो मच जी, थैंक यू सो मच दोनों वीरां दा, दोनों भरावां दा। बहुत सारियां मुबारकां एक बार फिर तो ऑनरेबल CM साहब भगवंत सिंह जी मान साहब, साडे वड्डे भाई ऑनरेबल स्पोर्ट्स मिनिस्टर गुरमीत सिंह जी मीत हेयर साहब। हाँ जी, आ चीज चाहिए है, अमृतसर, अमृतसर, वाहेगुरु वाहेगुरु, बरनाला, बठिंडा, फतेहगढ़ साहब, माझा माझा, गुरदासपुर, होशियारपुर, कपूरथला, लुधियाना, मोगा, मोहाली, संगरूर, संगरूर, यही जोश, यही सो तुहाडा जोश एक चंगे राह ते चलता होया, तुहाडा जोश एक चंगे पासे चलता होया। कहिंदे पंजाबी नौजवान किधर नूं ला लो उधर नूं हो जांदे ने, सो अज हुण खेडां वल है और ये दो महीने हुण खेडां चलणगियां, तुसीं तुहाडे परिवार जरूर और सारा पंजाब इन्हां खेडां दा आनंद माणेगा। अगली परफॉर्मेंस वल आपां वधदे आं, मेडले हाजी आवे, आए हाए हाए हाए, आवे एक बार कहो भी आवे, आवे ज्यों दे रहो, तगड़े रहो, देख पट्टा दे थापियां, देख पट्टा दे थापियां, ज्यों दे रहो, चढ़ती कला च रहो, चढ़ती कला च रहो, जिन्निया चीका मार सकते हो पतंदरों मारो, कल दी छुट्टी है। वेखो नजारा बजा पिया, सोमवार भंगड़े, मंगलवार छुट्टी, पर बुधवार स्कूल जायो, खुश रहो, तंदुरुस्त रहो, सोहना पंजाब, चढ़ती कला वाला पंजाब, ये गुरुआ पीरा पिंगबरां की धरती हमेशा चढ़ती कला च रवे। एक बार
जोरदार ताड़ियां अपने लिए, जोरदार ताड़ियां फिर मैटले। लव यू ऑल, थोनू सारे नू परमात्मा राजी रखे। हाँ जी, अगली परफॉर्मेंस। अज मेले हो गए सजना, लगे गम भी दिते हरा, मेरे चितनू कंबनी छिड़ गई, तैनू देखिया जदों जरा, सानू सारा ही जग वेखदा, हां मेरे हानिया सानू सारा ही जग वेखदा, तेरा किदा हथ फड़ा। मेले नू चलिए हो, रौनक हो जू घट वे, चल मेले नू चलिए, मल्ला कट कुड़ते दे बट वे, चल मेले नू चलिए, वंजली वजा शोरा लम्मे वग दी है रावी राही, आउंदे जांदे पार दे, मैक दे गुलाब साडे सजना दे प्यार दे, मैक दे गुलाब साडे सजना दे प्यार दे। वंजली वजा शोरा लम्मे दिया, वंजली वजा शोरा लम्मे दिया। भंगड़ा पऊगा हैवी वेट बल्लिए नी हाथ मार के पट्टा दे, भंगड़ा पऊगा हैवी वेट बल्लिए नी हाथ मार के पट्टा दे, ओ चरगी जवानी वेख अग वरगी नी साडे गबरू जत्ता दे, भंगड़ा पऊगा हैवी वेट बल्लिए नी हाथ मार के पट्टा दे,
ਦੇ ਸ਼ੁਕੀਨ ਮੁੰਡੇ ਉੱਡਦੀ ਮਿੱਟੀ ਵੇ ਮੱਥੇ ਚੁੰਮੇ ਹੱਸ ਕੇ ਕਿਹੜੇ ਸ਼ਹਿਰੋਂ ਚੋਬਰਾ ਸਵਾਇਆ ਕੁੜਤਾ ਵੇ ਸਾਨੂੰ ਜਾਵੀਂ ਦੱਸ ਕੇ ਘਰਾਂ ਵਿੱਚ ਕੈਂਠੇ ਕੰਨੀ ਮੁੰਦਰਾਂ ਤੇ ਡੋਲੇ ਤੇ ਤਵੀਤ ਕੱਸ ਕੇ ਚੰਨ ਜਿਹੇ ਗੱਭਰੂ ਬਈ ਪਾਉਣ ਭੰਗੜੇ ਤੇ ਲੋਕੀ ਕਹਿਣੇ ਅਸ਼ਕੇ ਸ਼ੁਕੀਨਾ ਲੰਬੇ ਲੰਜੇ ਆਵੇ ਨੈਣ ਤੇਰੇ ਦਿਲ ਖੋੜਵੇ ਦੇਖ ਤੇਰੀ ਜਮਾ ਰਾਂਝੇ ਵਰਗੀ ਤੇ ਸਾਕ ਮੈਨੂੰ ਨਿੱਤ ਆਉਣ ਵੇ ਤੁਸੀਂ ਨੱਚੇ ਸਾਰਾ ਪੰਜਾਬ ਨੱਚਿਆ ਸਾਰੀ ਕੈਬਨਿਟ ਨੇ ਆਨੰਦ ਮਾਣਿਆ ਭਗਵੰਤ ਮਾਨ ਸਾਹਿਬ ਨੇ ਆਨੰਦ ਮਾਣਿਆ ਮੀਤ ਹੇਰ ਜੀ ਨੇ ਆਨੰਦ ਮਾਣਿਆ ਜਿੰਨੇ MLA ਸਾਹਿਬਾਨ ਆਏ ਨੇ ਉਹਨਾਂ ਨੇ ਆਨੰਦ ਮਾਣਿਆ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਵੀ ਅੱਧਿਆਂ ਦਾ ਜੀ ਕਰਦਾ ਸੀ ਨੱਚਣ ਨੂੰ ਵੈਸੇ ਨਹੀਂ ਨੱਚਿਆ ਵੀ ਛੱਡੋ ਹੁਣ MLA ਬਣ ਗਿਆ ਕੀ ਨੱਚਣਾ ਬਹੁਤ ਸਾਰੀਆਂ ਵਧਾਈਆਂ ਆਪ ਸਭ ਨੂੰ ਚੀਕਾਂ ਇਹੀ ਛੱਡੋ ਚੀਕਾਂ ਇਹੀ ਛੱਡੋ ਹਜੇ ਗਿੱਧਾ ਆਉਂਦਾ ਗਿੱਧਾ ਗਿੱਧੇ ਤੋਂ ਪਹਿਲਾਂ ਮੇਰੀ ਗੱਲ ਮੰਨ ਲਓ ਗਿੱਧੇ ਤੋਂ ਪਹਿਲਾਂ ਸਾਡੇ ਸਾਰਿਆਂ ਦੇ ਆਪਣੇ ਜਿਨ੍ਹਾਂ ਕਰਕੇ ਸਾਡਾ ਪੰਜਾਬ ਚੰਗੇ ਰਾਹ ਵੱਲ ਤੁਰਿਆ ਜਿਨ੍ਹਾਂ ਦੇ ਕਰਕੇ ਅਸੀਂ ਸਾਰੇ ਇਕੱਠੇ ਹੋਏ ਹਾਂ ਅਣਥੱਕ ਮਿਹਨਤ ਜੁਝਾਰੂ ਸਾਡੇ ਹਰਮਨ ਪਿਆਰੇ ਕਲਾਕਾਰ ਵੀ ਔਰ ਲੀਡਰ ਬਾ ਕਮਾਲ ਦੇ ਸਾਡੇ ਆਪਣੇ ਆਨਰੇਬਲ ਚੀਫ ਮਿਨਿਸਟਰ ਪੰਜਾਬ ਭਗਵੰਤ ਸਿੰਘ ਜੀ ਮਾਨ ਸਾਹਿਬ ਜ਼ੋਰਦਾਰ ਤਾੜੀਆਂ ਮਾਨ ਸਾਹਿਬ ਲਈ ਜ਼ੋਰਦਾਰ ਤਾੜੀਆਂ ਉਹ ਕੁਝ ਸ਼ਬਦ ਤੁਹਾਡੇ ਸਾਹਮਣੇ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖਣਗੇ ਜੀ ਆਨਰੇਬਲ CM ਸਾਹਿਬ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਪੂਰੇ ਪੰਜਾਬ ਦੇ ਵੱਖ ਵੱਖ ਸਕੂਲਾਂ ਤੋਂ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਇਸ ਖੇਡ ਮੇਲਾ ਖੇਡਾਂ ਵਤਨ ਪੰਜਾਬ ਦੀਆਂ 2022 ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਖਿਡਾਰੀ ਸਾਹਿਬਾਨ ਉਹਨਾਂ ਦੇ ਕੋਚਸ ਅਧਿਆਪਕ ਸਾਹਿਬਾਨ ਜਿਨ੍ਹਾਂ ਨੇ ਰਿਹਰਸਲਾਂ ਕਰਵਾਈਆਂ ਔਰ ਉਹਨਾਂ ਦੇ ਜਿਹੜੇ ਸਪੋਰਟਰ ਨੇ ਜਿਹੜੇ ਫੈਨ ਬਣ ਕੇ ਸਟੇਡੀਅਮ ਦੇ ਵਿੱਚ ਪਹੁੰਚੇ ਨੇ ਮੇਰੀ ਕੈਬਨਿਟ ਦੇ ਸਾਰੇ ਮੇਰੇ ਸਾਥੀ MLA ਸਾਹਿਬਾਨ ਚੁਣਿੰਦਾ ਲੋਕਾਂ ਵੱਲੋਂ ਲੋਕਤੰਤਰਿਕ ਤਰੀਕੇ ਨਾਲ ਚੁਣੇ ਹੋਏ ਅਤੇ ਮੈਂ ਸਭ ਨੂੰ ਸਭ ਤੋਂ ਪਹਿਲਾਂ ਮੁਬਾਰਕਬਾਦ ਵੀ ਦਿੰਦਾ ਸਤਿ ਸ਼੍ਰੀ ਅਕਾਲ ਵੀ ਹੈ ਨਮਸਕਾਰ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤੁਹਾਡੀਆਂ ਤਾੜੀਆਂ ਵੀ ਇਸ ਗੱਲ 'ਤੇ ਚਾਹੂੰਗਾ ਕਿ ਸਪੋਰਟਸ ਡਿਪਾਰਟਮੈਂਟ ਜਿਨ੍ਹਾਂ ਦੇ DC ਜਿਨ੍ਹਾਂ ਵਿੱਚ BC ਜਿਨ੍ਹਾਂ ਦੇ ਵਿੱਚ ਡਾਇਰੈਕਟਰ ਸਾਹਿਬਾਨ ਹੋਰ ਅਹੁਦੇ ਅਤੇ ਤਾਇਨਾਤ ਜਿਹੜੇ ਸਪੋਰਟਸ ਡਿਪਾਰਟਮੈਂਟ 'ਚ ਅਫਸਰ ਨੇ ਉਹਨਾਂ ਦੀ ਮਿਹਨਤ ਹੈ ਅਤੇ ਨਾਲ ਸਪੋਰਟਸ ਡਿਪਾਰਟਮੈਂਟ ਦੇ ਹੈੱਡ ਜਿਹੜੇ ਮੇਰੇ ਬਰਨਾਲੇ ਤੋਂ ਕੈਬਨਿਟ ਦੇ ਸਾਥੀ ਮੀਤ ਹੇਅਰ ਜਿਨ੍ਹਾਂ ਨੇ ਸਾਰਾ ਜਿੰਮਾ ਲਿਆ ਇਹਨਾਂ ਖੇਡਾਂ ਨੂੰ ਕਰਾਉਣ ਦਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਨਾਲ ਉਹਨਾਂ ਦਾ ਮੈਂ ਸਵਾਗਤ ਚਾਹੂੰਗਾ ਦੋਸਤੋ ਅੱਜ ਦਿਲ ਇਸ ਕਰਕੇ ਖੁਸ਼ ਹੈ ਕਿ ਅਸੀਂ ਪੰਜਾਬ ਨੂੰ ਖੇਡਦਾ ਦੇਖ ਰਹੇ ਹਾਂ ਅਸੀਂ ਪੰਜਾਬ ਨੂੰ ਨੱਚਦਾ ਅਸੀਂ ਪੰਜਾਬ ਨੂੰ ਹੱਸਦਾ ਦੇਖ ਰਹੇ ਹਾਂ ਔਰ ਖੁਸ਼ੀ ਇਸ ਕਰਕੇ ਜ਼ਿਆਦਾ ਹੋ ਜਾਂਦੀ ਹੈ ਕਿ ਕਾਫੀ ਦੇਰ ਬਾਅਦ ਦੇਖ ਰਹੇ ਹਾਂ ਕਿਉਂਕਿ ਇਹ ਤੋਂ ਪਹਿਲਾਂ ਅਸੀਂ ਕਿਤੇ ਇਸ ਪੰਜਾਬ ਨੂੰ ਥੋੜ੍ਹਾ ਜਿਹਾ ਵਿਸਾਰਤਾ ਸੀ ਅਸੀਂ ਭੁੱਲ ਗਏ ਸੀਗੇ ਕਿ ਸਾਡੇ ਬੱਚਿਆਂ 'ਚ ਕਿੰਨਾ ਟੈਲੈਂਟ ਹੈ
असी ये भुल गए सी कि साडे बच्चियां नूं जे एक छोटा जिहा मौका मिल जाए उस मौके नूं किड्डा वड्डा बनाउंदे ने देश लई मैडल भी लैके आउंदे ने असी ये भुल चले सी पर तुसी साडे दे विच विश्वास जताया अज मेजर ध्यान चंद जिहदा जन्म दिन है मेजर ध्यान चंद जी हाकी दे जादूगर दे तौर ते जाने जांदे है एक बारी जर्मनी दे विच मैच खेड रहे सी तां इत्थों तक शक हो गया सीगा जर्मनी दी टीम नूं कि उहनां दी हाकी दे विच जिहड़ी स्टिक है उहदे विच चुंबक लगी हुई है इहनां दी हाकी दी स्टिक चेंज कराओ चेंज करवाई गई कि बाल सिर्फ एक बारी आउंदी आ उत्थे उत्थों होर किते जांदी नहीं सिद्धी गोल च जांदी है हिटलर उस वेले हिटलर जिहड़ा उहदा उत्थे दबदबा सी जर्मनी च हिटलर ने मेजर ध्यान चंद जी नूं कहा मैं तैनूं जर्मनी दी सिटीजनशिप दे दिंदा तूं इत्थे ही रहि ला साडे वल्लों खेड पर उहने कहा नहीं जी मैं भारत देश दा वासी हां ते नागरिक हां खेडूंगा तां भारत वल्लों ही खेडूंगा बिल्कुल उसे तरह ही अज गुरु गोबिंद सिंह स्टेडियम लगता जिवें कह रहा होवे कि असीं पंजाबी हां खेडांगे तां पंजाब वल्लों खेडांगे मुल्क वल्लों खेडांगे मैडल जिहड़े ने लैके आवांगे इस तों पहलां देखो इहनू स्पोर्ट्स डे कह दिंदे ने खेड दिवस इस तरह कदे नहीं मनाया गया सिर्फ मेजर ध्यान चंद जी दे बुत नूं हार पा के मुड़ जांदे आ बस जी हो गया जी खेड दिवस पर असीं इह फैसला कीता सारे टीम ने बैठ के स्पोर्ट्स डिपार्टमेंट नाल छोटे छोटे बच्चों अपना जे मौका देिए तो जो तक वह बड़े होणगे 18-19-20 दे होणगे उह तक उडारियां उन्हां दे खंभ इन्ने मजबूत हो जाणगे जिन्नी मर्जी उच्ची उडारी उन्हां तों मरवा लो। सो अज मैनूं खुशी हुई है कि छोटे छोटे बच्चे स्केटिंग कर रहे सी अज शुरुआत हुई है हजे ओपनिंग सैरामनी है पंजाब ने बहुत नामवर खिडारी पैदा किए हैं खेडां दा ते पंजाब दा गूढ़ा रिश्ता है बहुत सारे खिडारी मेरे खब्बे पासे वाले स्टेज ते बैठे ने जिन्होंने देश का नाम रोशन किया मैं खुद बहुत बड़ा स्पोर्ट्स लवर हाँ मैं उन्होंने सारे नूं जानदा किसी ने हॉकी दे विच किसी ने वेटलिफ्टिंग दे विच किसी ने बॉक्सिंग दे विच किसी ने एथलैटिक्स दे विच असी किसी पास्यों कमी नहीं छड़ी जे कमी रही तो सिस्टम वाले पास्यों रही कि सानू इंफ्रास्ट्रक्चर नहीं मिल सकिया सानू कोच नहीं मिल सके मैं पिछे जे कॉमनवेल्थ खेडां जिहड़े खेड के आए मुंडे कुड़ियां मैं उन्हां दा सन्मान समारोह रख्या सी ते उहदे विच भी साइकलिंग दे विच साडे दो मुंडे गए जुडो च साडे मुंडे गए पर साइकलिंग दे विच ट्रैक ही है नहीं साडे कोले उह साइकिल ही है नहीं जिहड़े इंटरनेशनल लेवल ते वरते जांदे ने कई मेरे कोले इक जैवलिन थ्रो वाला प्लेयर आया उह कहिंदा जी जदों मैं उत्थे जाके स्टेडियम च मैनूं जैवलिन फड़ाई ਮੈਨੂੰ ਉਦੋਂ ਪਤਾ ਲੱਗਿਆ ਅਸਲੀ ਜੈਵਲਿਨ ਕਿਹੋ ਜਿਹੀ ਹੁੰਦੀ ਹੈ ਇੱਥੇ ਤਾਂ ਅਸੀਂ ਜੀ ਹੋਰ ਹੀ ਕਿਸੇ ਹੋਰ ਜੈਵਲਿਨ ਨਾਲ ਹੀ ਪ੍ਰੈਕਟਿਸ ਕਰਦੇ ਰਹੇ ਜੇ ਪ੍ਰੈਕਟਿਸ ਇੰਟਰਨੈਸ਼ਨਲ ਲੈਵਲ ਦੀ ਹੋਊਗੀ ਤਾਂ ਫਿਰ ਮੈਡਲ ਵੀ ਇੰਟਰਨੈਸ਼ਨਲ ਲੈਵਲ ਦੇ ਆਉਣਗੇ ਆਪਾਂ ਉਹਨਾਂ ਨੂੰ ਖਿਡਾਰੀਆਂ ਨੂੰ ਦੋ ਉਬਲੇ ਹੋਏ ਆਂਡੇ ਤੇ ਇੱਕ ਦੁੱਧ ਦਾ ਗਲਾਸ ਦੇ ਕੇ ਮੈਡਲ ਦੀ ਉਮੀਦ ਨਹੀਂ ਕਰ ਸਕਦੇ ਉਹਨਾਂ ਨੂੰ ਕੋਚ ਮਿਲਣ ਉਹਨਾਂ ਨੂੰ ਇਨਫਰਾਸਟ੍ਰਕਚਰ ਮਿਲੇ ਤਾਂ ਕੋਈ ਐਸਾ ਕਾਰਨ ਨਹੀਂ ਕਿ ਅਸੀਂ ਪੰਜਾਬੀ ਜਿਹੜੇ ਕਿਸੇ ਗੱਲੋਂ ਘੱਟ ਹਾਂ ਸਾਡੇ ਤਾਂ ਗੁਰੂ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਵਿਖੇ ਸਰੀਰਕ ਤੰਦਰੁਸਤੀ ਵਾਸਤੇ ਮੱਲ ਅਖਾੜਾ ਕਾਇਮ ਕੀਤਾ ਸੀ ਗੁਰੂ ਸਾਹਿਬ ਆਪਦੀ ਦੇਖ ਰੇਖ 'ਚ ਕਸਰਤ ਅਤੇ ਕੁਸ਼ਤੀਆਂ ਕਰਾਉਂਦੇ ਹੁੰਦੇ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੇ ਵੀ ਨੌਜਵਾਨਾਂ ਨੂੰ ਘੋੜ ਸਵਾਰੀ ਅਤੇ ਤੀਰ ਅੰਦਾਜ਼ੀ ਵੱਲ ਪ੍ਰੇਰਿਆ ਵੀ ਸਿਖਲਾਈ ਵੀ ਦਿੱਤੀ ਸਾਨੂੰ ਤਾਂ ਵਿਰਸੇ 'ਚ ਮਿਲੀ ਹੈ ਇਹ ਸੋ ਆ ਜੋ ਆਪਾਂ ਇਕੱਠੇ ਹੋ ਕੇ ਇਸ ਪੰਜਾਬ ਨੂੰ ਹੱਸਦਾ ਖੇਡਦਾ ਬਣਾਈਏ ਦੇਖੋ 800 ਬੱਚਾ ਇੱਕੋ ਟਾਈਮ ਤੇ ਪੀਟੀ ਕਰ ਰਿਹਾ ਸੀ 800 ਬੱਚਾ ਔਰ ਉਹਨਾਂ ਦੀ ਜਿਹੜੀ ਸਿੰਕਿੰਗ ਸੀ ਆਪਸ ਦੇ ਵਿੱਚ ਤਾਲਮੇਲ ਸੀ ਕਮਾਲ ਸੀ ਤੁਸੀਂ ਇਹ ਦੇਖੋ ਰਹਿਸਲਾਂ ਕਿੰਨੀਆਂ ਕੀਤੀਆਂ ਹੋਣੀਆਂ 800 ਬੱਚਾ ਕਿੰਨੇ ਸਕੂਲਾਂ ਦਾ ਹੋਊਗਾ ਤੇ ਉਹਨਾਂ ਨੂੰ ਆਪਾਂ ਇੱਕ ਥਾਂ ਤੇ ਇਕੱਠੇ ਕਰਕੇ ਉਹਨਾਂ ਨੇ ਪੀਟੀ ਜਿਹੜਾ ਸ਼ੋਅ ਕੀਤਾ
ਤੇ ਆਪਾਂ ਸਾਰਿਆਂ ਨੇ ਤਾੜੀਆਂ ਮਾਰੀਆਂ। ਜੇ ਕਿਤੇ 800 ਬੱਚੇ ਹੀ ਹੈ, ਜੇ ਕਿਤੇ ਪੂਰਾ ਪੰਜਾਬ ਪੌਣੇ 3 ਕਰੋੜ ਪੰਜਾਬੀ ਇਕੱਠੇ ਹੋ ਜਾਣ ਕਿ ਅਸੀਂ ਨਸ਼ਿਆਂ ਨੂੰ ਠੱਲ ਪਾਉਣੀ ਹੈ, ਨਸ਼ਿਆਂ ਨੂੰ ਅਸੀਂ ਦੂਰ ਕਰਨਾ ਹੈ ਤੇ ਖੇਡਾਂ ਵੱਲ ਜਾਣਾ ਹੈ, ਤਾਂ ਮੈਨੂੰ ਲੱਗਦਾ ਕਿ ਸਾਡੇ ਦੇਸ਼ ਦਾ ਜਿਹੜਾ ਝੰਡਾ ਹੈ ਉਹ ਜਦੋਂ ਵੀ ਉੱਪਰ ਜਾਊਗਾ ਜਨਗਨ ਮਨ ਉੱਥੇ ਰਾਸ਼ਟਰੀ ਗੀਤ ਗਾਇਆ ਜਾਊਗਾ ਤਾਂ ਇੱਕ ਅੱਧਾ ਪੰਜਾਬੀ ਪਲੇਅਰ ਜਿਹੜਾ ਉਹ ਪੋਡੀਅਮ ਤੇ ਜ਼ਰੂਰ ਹੋਊਗਾ। ਸੋ ਮੈਂ ਬਹੁਤ ਬਹੁਤ ਮੁਬਾਰਕ ਇਸ ਗੱਲ ਲਈ ਪਰਦੇ ਦੇ ਪਿੱਛੇ ਵਾਲਿਆਂ ਨੂੰ ਵੀ ਦਿੰਦਾ। ਅੱਜ ਮੀਂਹ ਪੈ ਗਿਆ ਸੀ ਪਰ ਜਿਹੜਾ ਗਰਾਊਂਡ ਸਟਾਫ ਹੈ ਉਹਨੇ ਇੰਨਾ ਛੇਤੀ ਇਸ ਗਰਾਊਂਡ ਨੂੰ ਨੋਰਮਲ ਕਰਤਾ ਕਿ ਪਤਾ ਹੀ ਨਹੀਂ ਲੱਗਿਆ। ਇਹ ਖੇਡਾਂ ਜਿਹੜੀਆਂ ਇੱਕ ਦਿਨ ਨਹੀਂ ਚੱਲਣੀਆਂ, ਅੱਜ ਓਪਨਿੰਗ ਹੋਈ ਹੈ, ਇਹ ਸਤੰਬਰ ਪੂਰਾ ਅਕਤੂਬਰ ਸਟੇਟ ਲੈਵਲ ਤੋਂ ਲੈ ਕੇ ਥੱਲੇ ਜ਼ਿਲ੍ਹਾ ਲੈਵਲ ਥੱਲੇ ਬਲਾਕ ਲੈਵਲ ਤੱਕ 14 ਸਾਲ ਤੋਂ ਥੱਲੇ ਤੇ 50 ਸਾਲ ਤੱਕ ਦੇ ਪਲੇਅਰ ਜਿਹੜੇ ਨੇ ਉਹ ਇੱਥੇ ਖੇਡ ਸਕਣਗੇ। ਉਹ ਆਪਣੀ ਕਲਾ ਪਰਮਾਤਮਾ ਵੱਲੋਂ ਦਿੱਤਾ ਹੋਇਆ ਹੁਨਰ ਦਿਖਾ ਸਕਣਗੇ। ਤੇ ਇਕੱਲਾ ਇੱਥੇ ਨਹੀਂ, ਹਰੇਕ ਜ਼ਿਲ੍ਹੇ ਜਾਵਾਂਗੇ। ਸੰਗਰੂਰ ਦੇ ਪਲੇਅਰ ਉਹਨਾਂ ਦੀਆਂ ਗੇਮਾਂ ਸ਼ਾਇਦ ਹੁਸ਼ਿਆਰਪੁਰ ਹੋਣ, ਜਿਹੜੇ ਹੁਸ਼ਿਆਰਪੁਰ ਵਾਲੇ ਨੇ ਸ਼ਾਇਦ ਉਹਨਾਂ ਦੀਆਂ ਗੇਮਾਂ ਮੋਗੇ ਹੋਣ, ਜਿਹੜੇ ਮੋਗੇ ਵਾਲੇ ਨੇ ਸ਼ਾਇਦ ਉਹਨਾਂ ਦੀਆਂ ਗੇਮਾਂ ਕੁਛ ਰੋਪੜ ਹੋਣ। ਇਹਦੇ ਨਾਲ ਇੱਕ ਤਾਂ ਜਦੋਂ ਬਾਹਰ ਜਾਵਾਂਗੇ ਨਵੇਂ ਨਵੇਂ ਦੋਸਤ ਬਣਨਗੇ, ਕੋਚਿਸ ਮਿਲਣਗੇ, ਵਧੀਆ ਨਵੇਂ ਨਵੇਂ ਗਰਾਊਂਡ ਦੇਖਣ ਦਾ ਮੌਕਾ ਮਿਲੂਗਾ। ਹੁਣ ਤੱਕ ਤਾਂ ਆਪਾਂ ਸਮਾਜਿਕ ਸਿੱਖਿਆ ਦੀ ਕਿਤਾਬ 'ਚ ਹੀ ਪੜ੍ਹਦੇ ਰਹੇ ਹਾਂ ਪੰਜਾਬ ਦੇ ਇੰਨੇ ਜ਼ਿਲ੍ਹੇ ਹਨ, ਪਰ ਜਦੋਂ ਜਾ ਕੇ ਦੇਖਿਆ ਉੱਥੇ ਕਿ ਰੋਪੜ ਕਹਿੰਦੇ ਆ ਇਹਨੂੰ, ਇੱਥੇ ਸਤਲੁਜ ਸ਼ੁਰੂ ਹੁੰਦਾ, ਇੱਥੇ ਨੰਗਲ ਹੈ, ਇੱਥੇ ਆਨੰਦਪੁਰ ਸਾਹਿਬ ਹੈ ਜਿੱਥੇ ਖਾਲਸਾ ਸਾਜਿਆ ਗਿਆ ਸੀ, ਤਾਂ ਫਿਰ ਸਾਨੂੰ ਬਹੁਤ ਕੁਛ ਨਾਲ ਨਾਲ ਹੋਰ ਵੀ ਪਤਾ ਲੱਗੂਗਾ। ਸੋ ਇਕੱਲੀਆਂ ਖੇਡਾਂ ਨਹੀਂ, ਇਹਦੇ ਨਾਲ ਬੱਚਿਆਂ ਦਾ ਸਰਬਪੱਖੀ ਵਿਕਾਸ ਹੋਵੇ ਅਸੀਂ ਇਹ ਚਾਹੁੰਦੇ ਹਾਂ। ਬਹੁਤ ਸਾਰੇ ਦੋਸਤ ਮਿੱਤਰ ਜਿਨ੍ਹਾਂ ਨਾਲ ਮੇਰੀ ਟੀਮ 'ਚ ਵੀ ਨੇ, ਮੈਂ ਇੱਥੇ ਰਾਜਨੀਤਿਕ ਗੱਲ ਨਹੀਂ ਕਰਨੀ, ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਸਾਡੀ 92 ਮੈਂਬਰੀ ਜਿਹੜੀ ਟੀਮ ਹੈ, ਜਿਹੜੇ 92 ਜਿੱਤੇ ਹੋਏ ਨੇ ਪਲੱਸ 117 ਜਿਹੜੇ ਖੜੇ ਹੋਏ ਸੀ, ਉਹਨਾਂ ਦੇ ਵਿੱਚ ਪਲੇਅਰ ਸੀ ਗੁਰਲਾਲ ਘਨੌਰ, ਕਬੱਡੀ ਦਾ ਮੰਨਿਆ ਪ੍ਰਮੰਨਿਆ ਪਲੇਅਰ, ਉਹ ਸਾਡੇ ਘਨੌਰ ਤੋਂ MLA ਨੇ। ਸੁਰਿੰਦਰ ਸੋਢੀ ਜੀ, ਉਹ ਸਾਡੇ MLA ਦੀ ਟਿਕਟ ਲੜੀ। ਇਸ ਤੋਂ ਇਲਾਵਾ ਸੱਜਣ ਸਿੰਘ ਜੀ ਜਿਹੜੇ ਸੁਲਤਾਨਪੁਰ ਲੋਧੀ ਤੋਂ ਟਿਕਟ ਲੜੀ। ਸਾਡੇ ਕੋਲ ਅਸੀਂ ਚਾਹੁੰਦੇ ਹਾਂ ਹਰੇਕ ਵਰਗ ਨੂੰ ਮੌਕਾ ਮਿਲਣਾ ਚਾਹੀਦਾ। ਖਿਡਾਰੀ ਕਿਉਂ ਨਹੀਂ ਲੀਡਰ ਬਣ ਸਕਦਾ? ਬਣ ਸਕਦਾ। ਪੇਲੇ ਜਿਹੜਾ ਸੀ ਪਲੇਅਰ ਸੀਗਾ ਜਿਹੜਾ ਬ੍ਰਾਜ਼ੀਲ, ਪੇਲੇ ਨੂੰ ਉਹਨਾਂ ਨੇ ਆਲ ਟਾਈਮ ਖੇਡ ਮੰਤਰੀ ਬਣਾਤਾ ਸੀ। ਸਰਕਾਰ ਜਿਹਦੀ ਮਰਜ਼ੀ ਆਵੇ ਸਪੋਰਟਸ ਮਿਨਿਸਟਰ ਪੇਲੇ ਹੋਊਗਾ। ਸੋ ਖਿਡਾਰੀਆਂ ਕੋਲ ਵੀ ਬਹੁਤ ਟੈਲੈਂਟ ਹੈ, ਵਕੀਲ, ਡਾਕਟਰ, ਇੰਜੀਨੀਅਰ, ਕਲਾਕਾਰ, ਸਟੂਡੈਂਟ। ਮੈਨੂੰ ਯਾਦ ਹੈ ਜਦੋਂ ਮੀਤ ਹੇਅਰ 2017 ਦੇ ਵਿੱਚ ਜਿੱਤਿਆ ਤਾਂ ਉਸ ਤੋਂ ਪਹਿਲਾਂ ਪੁੱਛਿਆ ਗਿਆ ਕਿ ਕੀ ਕੰਮ ਕਰਦਾ ਸੀ, ਉਹ ਕਹਿੰਦਾ ਜੀ IAS ਦੀ ਤਿਆਰੀ ਕਰਦਾ ਸੀ ਵੀ ਕਿਤੇ DC ਲੱਗਾਂਗੇ। ਤੇ ਇੰਨੇ ਇਨ ਦਾ ਮੀਨ ਟਾਈਮ ਆਮ ਆਦਮੀ ਪਾਰਟੀ ਆਈ, ਟਿਕਟ ਮਿਲੀ ਬਰਨਾਲੇ ਤੋਂ, ਜਿੱਤ ਗਏ। ਸੋ ਕੋਈ ਪਤਾ ਨਹੀਂ ਕਦੋਂ ਕਿਹੜਾ ਰਸਤਾ ਪਰਮਾਤਮਾ ਖੋਲਦੇ, ਨੀਅਤ ਸੱਚੀ ਹੋਣੀ ਚਾਹੀਦੀ ਹੈ। ਸੋ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਇਸ ਖੇਡਾਂ ਵਤਨ ਪੰਜਾਬ ਦੀਆਂ, ਜਿਹਦਾ ਟੈਗ ਲਾਈਨ ਹੈ ਚੈਂਪੀਅਨ ਪੰਜਾਬ, ਔਰ ਪੰਜਾਬ ਚੈਂਪੀਅਨ ਸੀ, ਚੈਂਪੀਅਨ ਹੈ ਤੇ ਚੈਂਪੀਅਨ ਰਹੂਗਾ। ਇਹ ਪੰਜਾਬ ਦੀ ਮਿੱਟੀ ਦੇ ਵਿੱਚ ਜਿਹੜਾ ਜੋਸ਼ ਹੈ, ਪੰਜਾਬ ਦੇ ਪਾਣੀ ਦੇ ਵਿੱਚ ਜਿਹੜੀ ਇਹ ਵਫਾਦਾਰੀ ਹੈ, ਅਸੀਂ ਆਜ਼ਾਦੀ ਲਿਆਉਣ ਵਾਸਤੇ ਵੀ 90% ਕੁਰਬਾਨੀਆਂ ਤੇ ਉਸ ਆਜ਼ਾਦੀ ਨੂੰ ਸੰਭਾਲਣ ਵਾਸਤੇ ਵੀ 90% ਕੁਰਬਾਨੀਆਂ ਸਾਡੀਆਂ ਨੇ। ਇਹ ਪੰਜਾਬ ਛਿੰਝਾਂ ਵਾਲਾ ਪੰਜਾਬ, ਕੁਸ਼ਤੀਆਂ ਵਾਲਾ ਪੰਜਾਬ, ਮੁਗਦਰ ਚੱਕਦਾ ਪੰਜਾਬ, ਇਹ ਕਬੱਡੀਆਂ ਖੇਡਦਾ ਪੰਜਾਬ, ਖੋ ਖੋ, ਜਿਮਨਾਸਟਿਕ, ਵਾਲੀਬਾਲ, 100 ਮੀਟਰ ਉੱਚੀ ਛਾਲ, ਲੰਬੀ ਛਾਲ, ਇਹਨਾਂ ਖੇਡਾਂ ਨੂੰ ਭੁੱਲ ਹੀ ਗਏ ਸੀ। ਮੈਂ ਆਪ ਜਦੋਂ ਛੋਟਾ ਹੁੰਦਾ ਸੀ ਮੈਂ 35 ਕਿਲੋ ਦੀ ਟੀਮ 'ਚ ਖੇਡਦਾ ਹੁੰਦਾ ਸੀ ਕਬੱਡੀ ਦੀ। ਹੁਣ ਕਿੱਥੇ ਹੈ 35 ਕਿਲੋ, ਕਿੱਥੇ 37 ਕਿਲੋ, ਕਿੱਥੇ 42 ਕਿਲੋ? ਉਹ ਪਲੇਅਰ ਉਹ ਵਿੱਚ ਜੇ ਪਨੀਰੀ ਹੋਈ ਨਹੀਂ ਉੱਗੂਗੀ, ਵੱਡੇ ਪਲੇਅਰ ਫਿਰ ਕਿਵੇਂ ਪੈਦਾ ਹੋਣਗੇ? ਸੋ ਪਹਿਲਾਂ ਛੋਟੇ ਲੈਵਲ 'ਤੇ ਉਹਨਾਂ ਨੂੰ ਕੋਚਿੰਗ ਮਿਲੇ, ਜਿਵੇਂ ਅਮੈਰੀਕਾ, ਕਨੇਡਾ, ਇੰਗਲੈਂਡ ਵਾਲੇ ਕਰਦੇ ਨੇ, ਉਹ ਬਹੁਤ ਛੋਟੇ ਲੈਵਲ ਤੋਂ ਟ੍ਰੇਨਿੰਗ ਦੇਣ ਲੱਗਦੇ ਨੇ ਅਤੇ ਜਦੋਂ ਤੱਕ ਉਹ ਵੱਡੇ ਹੁੰਦੇ ਨੇ ਤਾਂ ਬਹੁਤ ਐਕਸਪਰਟ ਬਣ ਜਾਂਦੇ ਨੇ, ਉਹਨਾਂ ਦੇ ਝਾਕੇ ਖੁੱਲ੍ਹ ਜਾਂਦੇ ਨੇ।
सो इस करके असी जिहड़ी खेड नीति बनाउण जा रहे हां आने वाले दिनों च उहदे च बहुत सारा खेडां लई असी जिहड़ा ऐलान करांगे। जलंधर वैसे भी खेडां दी राजधानी मन्निया गया है, इत्थों दीआं बणीआं फुटबॉलां नाल वर्ल्ड कप खेडिया जांदा, इत्थों दीआं बणीआं क्रिकेट दीआं बॉलां नाल वर्ल्ड कप खेडे जांदे ने, इत्थों दे बणे होए क्रिकेट दे बैटां नाल छक्के लगदे ने, इत्थों दी बणी हुई रगबी नाल न्यूजीलैंड दी ब्लैक कैप्स वर्गी टीम साडे जलंधर दी जिहड़ी बॉल है उहदे नाल खेडदी है। असीं उहनां नूं खिडाई जांदे आ, आप क्यों नहीं खेडदे, आप भी खेडना जा लगीए, क्योंकि इंफ्रास्ट्रक्चर नहीं, बजट नहीं रखा गया, असीं बजट रखांगे। प्लेयरां नूं एप्रीशिएशन चाहीदी है, उहनां नूं कोई घर दी चिंता ना होवे, पिछे ए ना होवे उधरों फाइनल मैच है, उधरों बापू जी कहिंदे पुत अज बैंक वाले आए सी ते तूं मैच तों बाद फोन कर ली, बैंक वाले दो गेड़े मार गए, उहदा प्लेयर दा जिहड़ा ध्यान है वह सारा उधर ही चला जाता, बापू नूं कितें फड़ के ना लै जाए कोई करजे वाले आ गेड़ा मारदे ने। सो आ कुछ प्लेयर नूं नहीं चाहिए, प्लेयर चाहिए बिल्कुल फ्री माइंड, प्लेयर चाहिए सिर्फ खेडां वास्ते डेडिकेटड, वह सवेरे चार बजे आवे पांच बजे आवे, उहदे वास्ते ग्राउंड तैयार होना चाहिए, उहदे वास्ते कोच तैयार होना चाहिए। सो मैं उम्मीद करदा और एक होर भी ऐलान करदा कि यह अज नहीं होना, कला इस साल नहीं होना, इस खेड खेड मेले नूं आपां हर साल कराया करांगे, क्योंकि यह ना होवे कि एक बारी तैयारी होई मुड़ के फिर भुल गए ना, जेडे इस बार तैयार होणगे किसी होर कैटागरी च किसी होर एज ग्रुप च वह अगले साल अगले ग्रुप च खेडणगे, उदू अगले साल होर वड्डे ग्रुप च खेडणगे। सो इस करके एप्रीशिएशन भी होगी, तुहाडे मापिआं नूं भी माण महसूस होगा, साडा बेटा खेड रहा पंजाब वल्लों, साडा बेटा नैशनल लैवल ते खेडण गया होया है, साडे बेटे ने संगरूर जिले चो फस्ट आया, साडा बेटा साडा बेटा फलाने जिले चो फस्ट आया है। सो यह तां होगा जे असीं इन्हां नूं एप्रीशिएट करांगे। अज भी बहुत सारिया मावां बहुत सारे कोच बहुत सारे बापू चाचे ताए खुश होंदे होणगे जदों उन्हां ने टीवी ते देखिया होणा कि साडे बच्चे उत्थे परफॉर्म कर रहे ने, ते दो महीने खेड मेला चलना लगभग, ते ओह तुसीं अपनी बेस्ट परफॉर्मेंस दिओ, हार जित कुछ नहीं होंदी, हार जित बनी हुई है, हार जित वल ध्यान ना दिओ, अपनी गेम नहीं हारनी चाहीदी, गेम नहीं हारनी चाहीदी, खेड नहीं हारनी चाहीदी, मैच तां इधर उधर हो जांदे ने, मैचां दी कोई परवाह नहीं, और जेड़ा फस्ट आऊगा इन्हां गेमां चों, मैं हरेक गेम चों जेड़ा फस्ट आऊगा मैं उहनूं पहली एडवांस दे विच वधाई दे दिंदा, पर नाल नाल इक सलाह भी दे दिंदा कि फस्ट आके हंकार नहीं करना, क्योंकि फस्ट आउण वाले च सब तों वड्डा योगदान सैकंड ते थर्ड वाले दा हुंदा, जे उह ना हुंदे फिर मुकाबला ही नहीं होणा सी। सो इस करके कट्ठिआं ने मिल के खेडणा, एक स्पोर्ट्स एक खेडां ही इहो जी चीज़ है जिदे विच हार जित तो बाद हाथ मिलाए जांदे ने, आ लड़ाइयां हुंदियां मुल्कां दीआं, यूक्रेन दी रशिया नाल चल रही है, उधरों किते इजराइल दी फलस्तीन नाल चल रही है, लड़ाइयां चल रही ने, जिदे कोई जित गया हाथ नहीं मिलाउंदा, आपस मुल्क हाथ नहीं मिलाउंदे, सगों कहिंदे कोई गल नहीं असीं बदला लवांगे, एक खेडां ही इहो जी चीज़ है दोस्तो जिथे मैच हारन तो बाद हारन ते जितन वाले आपस च हाथ भी मिलाउंदे ने, जर्सियां भी बटा लैंदे कई बारी। सो खेडां सानू बहुत कुछ सिखाउंदियां ने, आपां सिखीए ते पंजाब नू आपां बहुत उच्चा लैके जाणा है, पंजाब दा नाम जिहड़ा जिन्ना उच्चा जा सकदा है, योगदान तुहाडा चाहीदा है, कोई कल्ला बंदा नहीं इहनू कर सकदा, इहदे वास्ते तुहाडा योगदान चाहीदा, जिस तरह दा रिस्पोंस जिस तरह दा प्यार तुसीं अज दित्ता है जे इसे तरह चलदा रहा तां मैनू उम्मीद है जदों तक इह खेडां खत्म होणगियां जां खेडां दे क्लोजिंग सैरामनी होगी कई स्टेटां वाले कहणगे असीं भी देखण आउणा है क्योंकि असीं भी ये शुरू करना है अपने अपने स्टेट दे विच। सो पंजाब मोहरी बने, पंजाब हमेशा लीडर रहा है, पंजाब झंडा बरदार रहा है, सो झंडा बरदार बन के रहना है। सो एक बारी मेरे नाल दो नारे ला दिओ दोनों हाथ उपर चक के, इनकलाब इनकलाब बोले सोनिहाल, भारत माता की, बहुत बहुत धन्यवाद, बहुत बहुत मेहरबानी। हुण मैनू कहिंदे कहिंदे तू खेड कहिंदे भी वालीबाल, पर मैं खुद वालीबाल दा प्लेयर हाँ, पर एक दिक्कत है टैक्नीकल कि मैं शूटिंग दा प्लेयर हाँ, इत्थे स्मैशिंग है, सो स्मैशिंग दा मैं प्लेयर नहीं हैगा, पर फिर भी क्योंकि बड़ा मैनू
मिनिस्टर साहब ने और सारे ने कहा कि एक बार ग्राउंड जरूर आओ क्योंकि मैं खुद यूनिवर्सिटी लैवल तक मैं वालीबाल खेडता रहा तो मैं खेडूंगा दो चार बाला खेल लूंगा पर मुंडे जेडे मैं इन्हें इंटरव्यू सुनता कोई 17 साल का कोई 18 साल का तो ये जदों इटली की टीम नाल जदों ब्राजील अर्जेंटीना दी टीमां मन्नियां होईयां ने वालीबाल च जदों उन्हां नाल ये खेडणगे जदों ये ब्लॉक करनगे तो जिहड़ा ब्लॉक है वह जिहड़ा इदां हुंदा है वह समझ लो वह दो बाहां नहीं होणगियां वह पंजाब की कंध होगी जिहड़ी जिहदे विच वज के बॉल उधर ही डिगूगी इधर नहीं डिग सकती सो मैं इन द मीन टाइम गिद्धे की तैयारी है मैं दो मिनट लई स्टेज ग्राउंड दे विच आउंदा मैं मुंडियां नूं मिलदा भी हाँ तो एक दो बॉलां जिहड़ियां खेड भी लऊंगा कोई गल नहीं तो क्योंकि जिहड़ा मैं फिर कहना स्पोर्ट्स जिहड़ी है जिहड़ी मर्जी है वह एक बार तुहानूं मैंटली भी फिट रखती है दिन रात तुसीं इक्को जिहियां गल्लां सुनी जांदे रहिंदे हो तो दिमाग च कुछ होर भर जाता जो तुसीं खेडदे हो तो सारा कुछ भुल जाते हो तो वॉलीबॉल एक इहो जी खेड है जिहड़ी मर्जी टीम होवे क्रिकेट की होवे फुटबॉल की होवे हाकी की होवे जिहड़ा उहदा कोच है वह अपनी टीम नूं वॉलीबॉल जरूर खिडाउंदा है क्योंकि वॉलीबॉल दे विच हर किस्म की प्रैक्टिस हो जाती है तो मैं वॉलीबॉल दे मेरे ख्याल से एक लायलपुर खालसा कॉलेज की टीम है एक स्पोर्ट्स कॉलेज जलंधर की टीम है तो मैं एक बार उन्होंने मिलूंगा भी तो इन द मीन टाइम इदा भी होगा बहुत बहुत धन्यवाद मेरी इन्नी हाजिरी कबूल करो बहुत बहुत मेहरबानी बहुत बहुत सारे का एक बार फिर चलिया हुआ एक कदम साढ़े सिर मत्थे धन्यवाद बहुत बहुत धन्यवाद सर सर एक छोटी जी बेनती है सर सर जलंधर दियां बॉलां दा तुसीं आप ही जिक्र किया कि पूरे विश्व के विच इहदी ताक है अज दे मुकद्दस दिहाड़े ते यह बॉलां सर जलंधर दियां बनियां होईयां चीफ मिनिस्टर साहब नूं स्पोर्ट्स मिनिस्टर साहब भेंट कर रहे ने उन्हां दे नाल जलंधर दे डिप्टी कमिश्नर दा जसप्रीत सिंह ते होर कैबिनेट दे साथी भी मौजूद ने जी टग ऑफ वार जिन्हू रस्सा कसी कहिंदे आ तैयारी है जी तुसीं हौसला पूरा दिओ सो रस्सा कसी का मुकाबला नौजवान तैयार पर तैयार बाहां नूं सैट करते हुए मुस्कुराते हुए बहुत चंगा सुनेहा दिता साडे मान साहब ने हमेशा ही सानू बूस्ट अप करते ने सानू पॉजिटिव करते ने भावें एज अ आर्टिस्ट भावें एज अ लीडर ग्राउंड लैवल तो उठे ने गुरलाल कनौर साहब लैजेंड कबड्डी दे जो खिडारी विधायक होण तां खिडारियों नूं होर भी हौसला आउंदा सो रस्सा कसी का मुकाबला तुसी ताड़ियां नाल दिओ भाई हौसला तुसी ताड़ियां खिंच के रखनिया ने हां जिवें अमृत मान होरां दा गाना भी नजारा आउंदा जट नूं करिए जी शुरू हां जी शुरुआत कर दो जी सर तुसी प्रवानगी दो जी सीएम साहब नूं बेनती है गुरलाल कनौर साहब मैं दो मिनट मीथेर साहब नूं कहूंगा कि वह दो मिनट बोलन हैलो हैलो रस्सा कसी नूं शुरू करन दी प्रवानगी जिहड़ी है वह दित्ती जांदी है तगड़े हो जाओ जवानों तगड़े हो जाओ हेलो
रस्सा कसी का मुकाबला लो भी ताड़िया ला लो खिंच के रखो कम खिंच के मुकाबला शुरुआत करते हुए चक लो लुटना मेला लो भाई खिंच के ताड़ी ताड़ी खिंच के रखो जोश बता दो नौजवानों का जोश जवाना च जोर बिंडी का बहुत जोर लग्या होगा रस्सा कसी के बिंडी का बहुत वड्डा रोल हुंदा गा बिंडी के सिर ते ही टीम चलती है बिंडी ने टीम चाले चो कटना हुंदा गा एक बार पैर थरक जाने का वापसी औखी है रस्सा कसी देखने को दिनों दिन सौखी लगती है उन्नी ही टेक्निकल खेड है रस्सा कसी मुख्यमंत्री साहब ने कहा ए रंगला पंजाब आ ए हस्ता पंजाब आ खेड़दा पंजाब आ स्टेज दे सज्जे आसे वाले पासियां ने पट ते थापी मार के दसता भी रस्सा कसी का मुकाबला जित लिया हुण दूजा सैट होवेगा रस्सा कसी का दोनों साइड चेंज होणगियां कोई टीम बहाना नहीं बनाएगी भी स्लिपरी करके साडे पैर फिसल गए हुण दोनों साइड चेंज करके रस्सा कसी का दूजा सैट होवेगा जिस तरह बालीवाल दे विच बेस्ट ऑफ थ्री होंदे आ रस्सा कसी दे विच भी असीं बेस्ट ऑफ थ्री करा रहे हां रस्सा कसी का बेस्ट ऑफ थ्री का दूजा सैट पहला सैट सज्जे पासे ने जितया हुण खब्बे पासे टीम आ गई आ पिंडी तैयार है रस्से वाली गुरलाल कनौर ओह रेडर जिसने 22 साल कबड्डी खेडी वर्ल्ड कप सैफ गेम एशियन का मेडलिस्ट रस्सा कसी की शुरुआत करता होया पंजाब पावर गेम्स लिए जाना जाता चाहे वह पावर लिफ्टिंग होवे रजिंदर सिंह रेहलू बैठा साढ़े जलंधर का महसमपुर का इंडिया का इकलौता ओलंपिक मेडलिस्ट रस्सा कसी भी वह पावर गेम आ पर पावर गेम्स के विच हुण टैक्निकलिटीज बहुत आ गई रस्सा कसी के विच हुण मैनूं लगता सज्जे वाले पासे आने काली जर्सी वाले ने दूजा सैट जित लिया एक एक सैट का मुकाबला बराबर हो गया बेस्ट ऑफ थ्री के विच हुण तीसरा फाइनल सैट होगा वॉलीबॉल वाले लाइनअप रहन मुख्यमंत्री साहब ने जिक्र किया वॉलीबॉल मैच का मुख्यमंत्री साहब ते खेड मंत्री साहब गुवांडी ने ते मुख्यमंत्री साहब जो शाम नूं वॉलीबॉल खेडते ने ते खेड मंत्री साहब आवाजां सुनते ने आ बॉल आउट चली गई आ ब्लॉक नहीं हुई आ नैट च फस गई जो सर्विस बाहर जाती है तो खेड मंत्री साहब ने उदों ही सुपना लिया भी वॉलीबॉल का मैच जो होगा तो मुख्यमंत्री साहब तो वॉलीबॉल खिडाउणी आ मालवे दे विच वॉलीबॉल शूटिंग खेडी जाती है मुख्यमंत्री साहब जल्द ही वॉलीबॉल कोर्ट दे विच पहुंच रहे ने मैं गल कर रहा सी वॉलीबॉल गेम की वॉलीबॉल शूटिंग मालवे दे विच खेडी जाती है जिसनों चमड़े की बॉल नाल भी वॉलीबॉल कहा जाता गा जिस दे विच स्मैशिंग नहीं हुंदी सीधी पार करनी हुंदी है बॉल पर जो नैट लगता तो फिर तीन टच अलाउड होंगे ने स्मैशिंग दे विच अज साडे विच टॉर्च बीयरर सीगा सुखपाल सिंह पाली स्मैशिंग वॉलीबॉल का खिडारी 1996 दीआं सियोल एशियन गेमां दे विच मैडल जितते अर्जुन अवार्डी वॉलीबॉल स्मैशिंग का मैच लैलपुर खालसा कॉलेज जलंधर ते स्पोर्ट्स कॉलेज जलंधर दे विचकार मुकाबला होगा मुख्यमंत्री साहब नूं जदों खेड मंत्री ने कहा तुसीं वॉलीबॉल खेडनी आ मुख्यमंत्री साहब तैयार ने ते वड्डी गल आ मुख्यमंत्री साहब किट दे विच आ के तुहाडे नाल खेडणगे मुख्यमंत्री साहब हुण वॉलीबॉल मैच लई तुहाडे विच आउण वाले आ मुख्यमंत्री साहब रस्सा कसी का मुकाबला हो चुका हुण वॉलीबॉल की तैयारी आ मुख्यमंत्री साहब ने जिक्र किया खेडां दा खेडां दे हर खिडारी बारे उन्हों पता ब्लॉक की गल की बाली की गल की स्मैशिंग की गल की उन्होंने ये भी पता गा किस तरह कीवी टीम रगबी दे विच वर्ल्ड चैंपियन आ उही रगबी की बॉल असीं गिफ्ट की जो वर्ल्ड चैंपियनशिप दे विच वरतों विच की आ कॉमनवैल्थ दे विच जो वॉलीबॉल इस्तेमाल होया मुख्यमंत्री साहब नूं बॉल गिफ्ट की आ जलंधर खेडां की राजधानी
मुख्यमंत्री साहब ना सुरेंद्र सोढ़ी जी जलंधर दे मास्को ओलंपिक दे गोल्ड मेडलिस्ट वालीबाल वाले मुंडे तैयार हो स्मैशिंग हुण रस्साकसी दे ग्राउंड दे कोलो खिडारियां च गुजरते हुए मुख्यमंत्री साहब वालीबाल ग्राउंड दे विच जा रहे ने ये तुहाडा खेडां नूं प्यार ही है मुख्यमंत्री साहब तुसीं स्टेज तों उतर के हुण वालीबाल कोर्ट दे विच पहुंच रहे हो ਤੋਂ ਦੂਰ ਗੱਭਰੂ ਆ ਜਿਸ ਦੇ ਜਿੱਥੇ ਆ ਆਵਾਮ ਜੀ ਦੀਵਾਨੀ ਸੱਚ ਦੀ ਖੇਤਾਂ ਵਿੱਚ ਵੇਖੀ ਝੂਲਦੀਆਂ ਫਸਲਾਂ ਖੇਡਦੇ ਮੈਦਾਨਾਂ 'ਚ ਜਵਾਨੀ ਨੱਚਦੀ ਮੁੱਖ ਮੰਤਰੀ ਸਾਹਿਬ ਤੁਹਾਡੇ ਮੈਚ ਨੂੰ ਕਵਰ ਕਰਨ ਲਈ ਜਦੋਂ ਮੀਡੀਆ ਪੋਡੀਅਮ ਬਣਾਏ ਗਏ ਤਾਂ ਮੀਡੀਆ ਨੇ ਵਾਲੀਬਾਲ ਕੋਰਟ ਵਾਲਾ ਪੋਡੀਅਮ ਸਵੇਰੇ ਹੀ ਮੰਨ ਲਿਆ ਤੁਸੀਂ ਕਵਰੇਜ ਕਰਨ ਲਈ ਹੁਣ ਵਾਲੀਬਾਲ ਦਾ ਮੈਚ ਤੁਸੀਂ ਖੇਡੋਗੇ ਪੀਲੀ ਜਰਸੀ ਦੇ ਵਿੱਚ ਸਪੋਰਟਸ ਕਾਲਜ ਜਲੰਧਰ ਦੀ ਟੀਮ ਹਰੀ ਜਰਸੀ ਦੇ ਵਿੱਚ ਲੈਲਪੁਰ ਖਾਲਸਾ ਕਾਲਜ ਜਲੰਧਰ ਦੀ ਟੀਮ ਭਾਈ ਅੰਮ੍ਰਿਤ ਮਾਨ ਤੇ ਬਾਵਾ ਨੇ ਪੰਜਾਬ ਦੀਆਂ ਖੇਡਾਂ ਨੂੰ ਥੀਮ ਸੌਂਗ ਦੇ ਜ਼ਰੀਏ ਪੇਸ਼ ਕੀਤਾ ਹੁਣ ਖੇਡਾਂ ਦੀ ਰਸਮੀ ਸ਼ੁਰੂਆਤ ਹੋ ਚੁੱਕੀ ਆ ਪਹਿਲੀ ਸਤੰਬਰ ਤੋਂ ਬਲਾਕ ਲੈਵਲ ਦੇ ਮੁਕਾਬਲੇ ਹੋਣਗੇ ਹਰ ਪੰਜਾਬ ਦਾ ਪਿੰਡ ਹਰ ਪੰਜਾਬ ਦਾ ਸ਼ਹਿਰ ਚਾਹੇ ਉਹ ਮਾਡਰਨ ਗੇਮ ਰੋਇੰਗ ਹੋਵੇ ਆਰਚਰੀ ਹੋਵੇ ਸ਼ੂਟਿੰਗ ਹੋਵੇ ਜਾਂ ਟ੍ਰੈਡੀਸ਼ਨਲ ਗੇਮ ਸਾਡੀ ਨੈਸ਼ਨਲ ਸਟਾਈਲ ਕਬੱਡੀ ਹੋਵੇ ਐਥਲੈਟਿਕਸ ਦੇ ਟਰੈਕ ਐਂਡ ਫੀਲਡ ਇਵੈਂਟ ਹਾਕੀ ਫੁੱਟਬਾਲ ਵਾਲੀਬਾਲ ਬਾਸਕਟਬਾਲ ਦੇ ਮੁਕਾਬਲੇ ਹੋਣਗੇ ਪੈਸਾ ਲੋਕਾਂ ਉੱਤੇ ਲੱਗਣਾ ਜੇਤੂਆਂ ਨੂੰ ਗ੍ਰੈਡੇਸ਼ਨ ਵੀ ਮਿਲੇਗੀ 6 ਕਰੋੜ ਦੇ ਕੈਸ਼ ਪ੍ਰਾਈਜ਼ ਮਿਲਣਗੇ ਬੋਲਦਾ ਪੰਜਾਬ ਕਰਕੇ ਵਿਖਾਊਗਾ ਤਰੱਕੀ ਸਾਡੀ ਵੇਖਿਓ ਸਮਾਨੀ ਗੱਜਦੀ ਖੇਤਾਂ ਵਿੱਚ ਵੇਖੀ ਝੂਲਦੀਆਂ ਫਸਲਾਂ ਖੇਡਦੇ ਮੈਦਾਨਾਂ 'ਚ ਜਵਾਨੀ ਨੱਚਦੀ ਖੇਤਾਂ ਵਿੱਚ ਵੇਖੀ ਝੂਲਦੀਆਂ ਫਸਲਾਂ ਖੇਡਦੇ ਮੈਦਾਨਾਂ 'ਚ ਜਵਾਨੀ ਨੱਚਦੀ ਵਾਲੀਬਾਲ ਕੋਰਟ ਦੇ ਖੱਬੇ ਪਾਸੇ ਵਾਲੇ ਨੂੰ ਬੇਨਤੀ ਹੈ ਵੀ ਮੀਡੀਆ ਵਾਲੇ ਵੀ ਉਹ ਖਾਲੀ ਜਗ੍ਹਾ ਛੱਡ ਦਿੱਤੀ ਜਾਵੇ ਵਾਲੀਬਾਲ ਕੋਰਟ ਦੇ ਖੱਬੇ ਵਾਲਾ ਪਾਸਾ ਖਾਲੀ ਰੱਖਿਆ ਜਾਵੇ इस मैच का पूरे दुनिया के सत समुंदर पार सीधा प्रसारण हो रहा है ता जो हाडे एनआरई वीर भी देखन साडी खेडां दे विच योगदान पाउण वालीबाल कोर्ट का खब्बे वाला पासा सिक्योरिटी नूं भी बेनती है खाली रख दिता जावे जिते मीडिया जिते साडे टीमां बैठियां ने उत्थे मीडिया का पोडियम आ जिन्हां ने लाइव टेलीकास्ट करना मैच का वालीबाल कोर्ट का खब्बे वाला पासा ਅੱਜ ਜਲੰਧਰ ਨੇ ਸ਼ੁਰੂਆਤ ਕਰ ਦਿੱਤੀ ਹੈ ਇਹ ਕਾਫਲਾ ਹੁਣ ਅੱਗੇ ਵਧੇਗਾ 23 ਜ਼ਿਲ੍ਹਿਆਂ ਨੂੰ ਆਪਣੀ ਬੁੱਕਲ ਵਿੱਚ ਲਵੇਗਾ ਹਰ ਜ਼ਿਲ੍ਹੇ ਦੇ ਵਿੱਚ ਹਰ ਖੇਡ ਦੇ ਮੁਕਾਬਲੇ ਹੋਣਗੇ ਬਲਾਕ ਤੋਂ ਜ਼ਿਲ੍ਹਾ ਪੱਧਰ ਜ਼ਿਲ੍ਹਾ ਤੋਂ ਸਟੇਟ ਪੱਧਰ ਦੇ ਇਹਨਾਂ ਖਿਡਾਰੀ 5 ਲੱਖ ਦੇ ਕਰੀਬ ਖਿਡਾਰੀ ਇਹਨਾਂ ਖੇਡਾਂ ਵਿੱਚ ਹਿੱਸਾ ਲੈਣਗੇ ਅੱਜ ਇਸ ਖੇਡ ਦਾ ਰੰਗਾ ਰੰਗ ਉਦਘਾਟਨ ਨੇ ਦੱਸ ਦਿੱਤਾ ਤੁਹਾਡੇ ਵਿੱਚ ਕਿੰਨਾ ਉਤਸ਼ਾਹ ਗਾ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਇਹ ਪਹਿਲੀਆਂ ਖੇਡਾਂ ਵਤਨ ਪੰਜਾਬ ਦੀਆਂ ਜਦੋਂ 1896 ਦੇ ਵਿੱਚ ਓਲੰਪਿਕ ਦੀ ਸਟਾਰਟ ਹੋਇਆ ਏਥਨਸ ਦੀ ਧਰਤੀ ਤੋਂ ਤਾਂ ਕੁਝ ਹੀ ਖੇਡਾਂ ਦੇ ਮੁਕਾਬਲੇ ਹੋਏ ਅੱਜ 130 ਸਾਲਾਂ ਦਾ ਸਮਾਂ ਗੁਜ਼ਰ ਕੇ ਜਦੋਂ ਟੋਕੀਓ 'ਚ ਓਲੰਪਿਕਸ ਹੋਈ ਤਾਂ 10,000 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਇਸੇ ਤਰ੍ਹਾਂ ਖੇਡਾਂ ਵਤਨ ਪੰਜਾਬ ਦੀਆਂ 222 ਜਦੋਂ ਅਗਲੇ ਸਾਲ ਕਾਫਲਾ ਵਧੇਗਾ ਖਿਡਾਰੀਆਂ ਦੀ ਗਿਣਤੀ ਹੋਰ ਵਧੇਗੀ ਮੁੱਖ ਮੰਤਰੀ ਸਾਹਿਬ ਸਰਵਿਸ ਦੀ ਤਿਆਰੀ ਕਰਦੇ ਹੋਏ ਸੈਂਟਰ ਨਾਲ ਸਲਾਹ ਮਸ਼ਵਰਾ ਕਰਦੇ ਹੋਏ ਵੀ ਬਾਲ ਸਰਵਿਸ ਕਿੱਥੇ ਸਿੱਟੀ ਜਾਵੇ ਮੁੱਖ ਮੰਤਰੀ ਸਾਹਿਬ ਅਗਲੀ ਟੀਮ ਵੀ ਪੂਰੀ ਤਿਆਰ ਹੈ ਮੈਨੂੰ ਲੱਗਦਾ 11 ਨੰਬਰ ਬਾਲ ਸੈਂਟਰ ਦੇ ਵਿੱਚ ਤੁਹਾਨੂੰ ਚੱਕੇਗਾ ਸੈਂਟਰ ਵਾਲਾ ਵੀ ਤਿਆਰ ਵਾਲੀਬਾਲ ਖੇਡ ਕੋਆਰਡੀਨੇਸ਼ਨ ਦੀ ਖੇਡ ਆ ਜਿੱਥੇ ਸਰਵਿਸ ਦਾ ਸੈਂਟਰ ਨਾਲ ਸੈਂਟਰ ਦਾ ਨੈਟ ਦੇ ਨਾਲ ਬਹੁਤ ਤਾਲਮੇਲ ਹੁੰਦਾ ਗਾ ਕਿਸ ਤਰ੍ਹਾਂ ਤੁਸੀਂ ਬੋਲੀ ਬੁਲਾਉਣੀ ਆ ਕਿਸਨੇ ਸਮੈਸ਼ ਕਰਨੀ ਆ ਤੇ ਕਿਸਨੇ ਬਲੌਕ ਕਰਨਾ ਗਾ ਤੁਸੀਂ ਅਕਸਰ ਵਾਲੀਬਾਲ ਦੇ ਮੈਚ ਦੇਖਦੇ ਹੋ ਸੈਂਟਰ ਵਾਲਾ ਆਪਣੇ ਪਿੱਛੇ ਪਿੱਛੇ ਉਂਗਲਾ ਕਰਕੇ ਸਰਵਿਸ ਮੈਨ ਨੂੰ ਇਸ਼ਾਰਾ ਕਰਦਾ ਮੁੱਖ ਮੰਤਰੀ ਸਾਹਿਬ ਹੁਣ ਸਰਵਿਸ ਕਰਨਗੇ
बेनती है थीम सॉन्ग जी मुख्यमंत्री साहब रेडी सॉन्ग होर कट कर दो सॉन्ग गाना बंद कर दो गाना थीम सॉन्ग बंद कर दो अंडरहैंड सर्विस पहला ही पॉइंट सेंटर दे विच पोजीशन ली है मुख्यमंत्री साहब ने वालीबाल दे विच सेंटर तो बाद सर्विसमैन दोनों का बहुत बड़ा रोल होंदा गा तो जी मुख्यमंत्री साहब अंडरहैंड खेड भी खेडनी है इतने आप शूटिंग दे विच जिस तरह खेडते हैं एक एक पॉइंट बराबर दूजी सर्विस 11 नंबर ने चक्की नैट दे विच बॉल फसी वालीबॉल शूटिंग दे विच नैट का बहुत बड़ा रोल हुंदा गा नैट की बॉल जो टर्न हुंदी आ मुंडे 8 नंबर वाले अपनी साइड ते खेड दूजी दी साइड ते नहीं जाना अंडरहैंड मतलब स्मैश लाउणगे जी आ चको जी आ मारी बॉल आ गया पॉइंट जी नाल मिनिमा स्पीता सिटिया सी मुख्यमंत्री साहब कहिंदे ਇਹ ਹੁੰਦੀ ਹੈ ਜੱਜਮੈਂਟ ਲੈਣ ਦੇ ਅੰਦਰ ਲਓ ਜੀ ਅੰਡਰਹੈਂਡ ਫਿੰਗਰਿੰਗ ਸੈਂਟਰ ਨੇ ਬਾਲ ਮਾਰੀ ਆ ਵੀ ਬਹੁਤ ਅੱਛਾ ਪੁਆਇੰਟ ਨਹੀਂ ਆਇਆ ਸਰ ਚੱਲ ਨੈੱਟ ਵਾਲੇ ਤਕੜਾ ਹੋ ਨੈੱਟ ਦਾ ਬਹੁਤ ਵੱਡਾ ਰੋਲ ਹੁੰਦਾ ਗਾ ਮੈਨੂੰ ਲੱਗਦਾ ਜਿਵੇਂ ਨੀਰਜ ਚੋਪੜਾ ਨੇ ਜਦੋਂ ਗੋਲਡ ਮੈਡਲ ਜਿੱਤਿਆ ਤਾਂ ਘਰ ਘਰ ਜੈਵਲਿਨ ਖੇਡੀ ਜਾਣ ਲੱਗੀ ਅੱਜ ਮੁੱਖ ਮੰਤਰੀ ਸਾਹਿਬ ਦਾ ਵਾਲੀਬਾਲ ਨੂੰ ਪਿਆਰ ਦੇਖ ਕੇ ਘਰ ਘਰ ਵਾਲੀਬਾਲ ਖੇਡੀ ਜਾਇਆ ਕਰੇਗੀ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਮੁੱਖ ਮੰਤਰੀ ਸਾਹਿਬ ਬੜਬਰ ਦੀ ਧਰਤੀ ਨੇ ਬਹੁਤ ਖਿਡਾਰੀ ਦਿੱਤੇ ਬੜਬਰ ਨੂੰ ਵਾਲੀਬਾਲ ਦਾ ਗੜ ਕਿਹਾ ਜਾਂਦਾ ਅਮਰਗੜ੍ਹ ਦੇ ਵਿੱਚ ਵਾਲੀਬਾਲ ਬਹੁਤ ਚੱਲਦੀ ਆ ਸਾਡੇ ਸਪੋਰਟਸ ਮੰਤਰੀ ਵੀ ਰੋਜ਼ਾਨਾ ਆਵਾਜ਼ਾਂ ਸੁਣਦੇ ਨੇ ਜਦੋਂ ਮੁੱਖ ਮੰਤਰੀ ਸਾਹਿਬ ਵਾਲੀਬਾਲ ਦਾ ਮੈਚ ਖੇਡਦੇ ਨੇ ਕਿਉਂਕਿ ਵਾਲੀਬਾਲ ਦੇ ਵਿੱਚ ਅਕਸਰ ਹਰ ਪੁਆਇੰਟ ਦੇ ਉੱਤੇ ਤੁਹਾਨੂੰ ਆਵਾਜ਼ਾਂ ਸੁਣਨ ਨੂੰ ਮਿਲਣਗੀਆਂ ਆ ਲਓ ਪੁਆਇੰਟ ਲਿਆ ਬਹੁਤ ਸੋਹਣਾ ਪੁਆਇੰਟ ਜੀ ਤਾੜੀਆਂ ਮਾਰੀਆਂ ਜਾਣ 20-20 ਪਲੇਅਰ ਨੂੰ ਜੇ ਟੈਸਟ ਮੈਚ ਖਿਡਾਇਆ ਜਾਵੇ ਤਾਂ ਕਿਹੜਾ ਲੱਗਦਾ ਔਖਾ ਪਰ ਮੁੱਖ ਮੰਤਰੀ ਸਾਹਿਬ ਮੈਨੂੰ ਲੱਗਦਾ ਤੁਸੀਂ ਸਮੈਸ਼ਿੰਗ ਵੀ ਖੇਡਦੇ ਰਹੇ ਹੋ ਨਾ ਸਿਰਫ ਸ਼ੂਟਿੰਗ ਖੇਡਦੇ ਹੋ ਇਹ ਜਲੰਧਰ ਦਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਿੱਥੇ ਖੁਦ ਵਾਲੀਬਾਲ ਖੇਡ ਰਹੇ ਨੇ ਮੁੱਖ ਮੰਤਰੀ ਸਾਹਿਬ ਨਾਲ ਖੇਡਾਂ ਦੀ ਪਿਆਰ ਦੀ ਗੱਲ ਕਰੀਏ 2005 ਦੇ ਵਿੱਚ ਜਦੋਂ ਇੰਡੀਆ ਪਾਕਿਸਤਾਨ ਹਾਕੀ ਟੈਸਟ ਮੈਚ ਹੋਇਆ ਤਾਂ ਤੁਸੀਂ 42 ਸੈਕਟਰ ਸਟੇਡੀਅਮ 'ਚ ਨਾ ਸਿਰਫ ਮੈਚ ਦੇਖਿਆ ਪਾਕਿਸਤਾਨ ਦੇ ਟੀਮ ਦੇ ਖਿਡਾਰੀਆਂ ਸੋਹੇਲ ਅਵਾਸ ਵਸੀਮ ਅਹਿਮਦ ਸਲਮਾਨ ਅਕਬਰ ਉਹਨਾਂ ਨੂੰ ਸ਼ੋਪਿੰਗ ਵੀ ਕਰਾਈ NBA ਦਾ ਕੋਈ ਖਿਡਾਰੀ ਹੋਵੇ ਲੋਨ ਟੈਨਿਸ ਦੇ ਵਿੱਚ ਬੋਰਿਸ ਬੈਕਰ ਤੋਂ ਲੈ ਕੇ ਜੋਕੋਵਿਚ ਤੱਕ ਦੀ ਗੱਲ ਕਰੀ ਬਹੁਤ ਸੋਹਣਾ ਪੁਆਇੰਟ ਮੁੱਖ ਮੰਤਰੀ ਸਾਹਿਬ ਤੁਸੀਂ ਲਾਈਨ ਦੇ ਉੱਤੇ ਪੁਆਇੰਟ ਲੈ ਰਹੇ ਸੀ ਅੰਡਰਹੈਂਡ ਚੱਕੀ ਇਹ ਆਊਟ ਲੱਗਦੀ ਹੈ ਮੁੰਡਿਆ ਜੱਜਮੈਂਟ ਬਹੁਤ ਸੋਹਣੀ ਹੈ ਤੇਰੀ ਆਹ ਚੱਕੋ ਜੀ ਅੰਡਰਹੈਂਡ ਬਹੁਤ ਸੋਹਣਾ ਖੇਡਿਆ ਜਾ ਰਿਹਾ ਮੈਚ ਵਾਲੀਬਾਲ ਦਾ ਇਸੇ ਤਰ੍ਹਾਂ ਜੇ ਮੁੱਖ ਮੰਤਰੀ ਗਰਾਊਂਡਾਂ ਦੇ ਵਿੱਚ ਖੇਡਣਗੇ ਤਾਂ ਮੇਰੇ ਖਿਆਲ ਦੇ ਵਿੱਚ ਪੰਜਾਬ ਦਾ ਹਰ ਪਿੰਡ ਹਰ ਸ਼ਹਿਰ ਹਰ ਗਲੀ ਹਰ ਮੁਹੱਲਾ ਹਰ ਪਾਰਕ ਦੇ ਵਿੱਚ ਖੇਡਾਂ ਦਾ ਮਾਹੌਲ ਸਿਰਜੇਗਾ ਲਓ ਜੀ ਪੁਆਇੰਟ ਆ ਗਿਆ ਮੁੰਡਿਆ ਨੈੱਟ ਤੋਂ ਇੰਨੀ ਸੌਖੀ ਨਹੀਂ ਕੱਢੀ ਜਾਣੀ 3 ਨੰਬਰ ਵਾਲਿਆ ਸਕੋਰ ਵੀ ਦੱਸਿਆ ਜਾਵੇ ਨਾਲੋ ਨਾਲ ਜੀ ਕੀ ਸਕੋਰ ਚੱਲ ਰਿਹਾ ਦਰਸ਼ਕ ਪੁੱਛ ਰਹੇ ਨੇ ਕੀ ਸਕੋਰ ਚੱਲ ਰਿਹਾ ਗਾ ਡਾਇਰੈਕਟਰ ਸਪੋਰਟਸ ਸਾਹਿਬ ਸਕੋਰਰ ਦੀ ਡਿਊਟੀ ਲਾਈ ਜਾਵੇ ਜੀ ਸਕੋਰ ਕੀ ਚੱਲ ਰਿਹਾ ਗਾ ਪੁਆਇੰਟਾਂ ਨੂੰ ਦੇਖ ਕੇ ਲੱਗਦਾ ਲੀਡ ਚੰਗੀ ਲੱਗੀ ਲੱਗਦੀ ਹੈ ਸਰ ਗੱਲ ਅਸੀਂ ਪੰਜਾਬ ਦੀਆਂ ਖੇਡਾਂ ਦੀ ਗੱਲ ਕਰ ਰਹੇ ਸੀ ਪੰਜਾਬ ਦੀ ਖੇਡਾਂ ਦਾ ਇਤਿਹਾਸ ਗਾਮਾ ਪਹਿਲਵਾਨ ਕਿੱਕਰ ਪਹਿਲਵਾਨ ਤੋਂ ਸ਼ੁਰੂ ਹੁੰਦਾ 1948 ਦੀ ਜਦੋਂ ਓਲੰਪਿਕ ਹੁੰਦੀ ਹੈ ਲੰਡਨ ਤਾਂ ਇੰਡੀਆ ਗੋਲਡ ਜਿੱਤਦਾ ਬਲਬੀਰ ਸਿੰਘ ਸੀਨੀਅਰ ਨੇ ਗੋਲਡ ਮੈਡਲ ਜਿੱਤਿਆ ਉਸ ਤੋਂ ਬਾਅਦ ਅਥਲੈਟਿਕਸ ਦੀ ਗੱਲ ਕੀਤੀ ਜਾਵੇ ਮਿਲਖਾ ਸਿੰਘ ਗੁਰਬਚਨ ਸਿੰਘ ਰੰਧਾਵਾ ਪ੍ਰਦੁਮਨ ਸਿੰਘ ਜੈ ਖਿਡਾਰੀ ਹੋਏ ਹਾਕੀ ਦੇ ਵਿੱਚ ਬਲਬੀਰ ਸੀਨੀਅਰ ਦੀ ਗੱਲ ਚੱਲੀ ਅੱਗੇ ਅਜੀਤਪਾਲ ਸਿੰਘ ਪਿਰਤੀਪਾਲ ਸਿੰਘ ਹਰਮੀਤ ਸਿੰਘ ਤਾਂ ਕਾਫਲਾ ਵਧਿਆ ਸ਼ੂਟਿੰਗ ਦੇ ਵਿੱਚ ਜਦੋਂ ਆਏ ਤਾਂ ਅਭਿਨਵ ਬਿੰਦਰਾ ਨੇ ਓਲੰਪਿਕ ਦੇ ਵਿੱਚ ਗੋਲਡ ਮੈਡਲ ਜਿੱਤਿਆ
हुण मैनूं लगदा अगला मैडल सुखपाल पाली नूं दस दईए। 86 दे विच असीं आखरी मैडल जित्तिया सी, अगलियां चाइना दे विच एशियन गेम्स होणियां ते वॉलीबॉल दा मैडल मैनूं लगदा हुण पक्का आएगा। वॉलीबॉल ओह खेड आ जिहड़ी हर गली मोहल्ले दे विच शाम नूं देखोगे नैट ला के खेडी जांदी है। साधना की गल कर रहे सन, साइकलिंग दे विच अल्ट्रा मॉडर्न साधना, मुख्यमंत्री साहब तुसी उही गल कर रहे सी, मैच खेडन तो बाद मैच जितन तो बाद हाथ मिला रहे हो, यह सिर्फ खेडां दे विच ही हुंदा गा, खेडां दे विच ही हाथ मिलाए जांदे ने। खिडारियां ने अज नवनीत ने जो सौं चुकी, यह खेडां दे विच ही स्पोर्ट्समैन स्पिरिट हुंदी आ जो दिखाई जांदी आ, जितन तो बाद हारनियां नूं दिलासा दित्ता जांदा, हार नाले जितन नूं बधाई दिंदे आ। हुण मैं माइक हैंड ओवर करांगा मनविंदर जी। मनविंदर जी वॉलीबॉल तो बाद हुण अगली कहदी वारी आ। बहुत बहुत धन्यवाद नवदीप जी, तुहाडा साडे लई ये मान वाली गल कि मानयोग मुख्यमंत्री साहब इज्जत ते पसीने विच खून मिले मेहनतां दी रोटी नाल आप इस समागम दे विच साडे सारयां दे दरमियान पहुंचे ने। हुण स्टेडियम दे विच खेड खेड के एक नवा इतिहास सिरजिया मुख्यमंत्री साहब ने। बहुत ही वधिया माहौल, खेडां वतन पंजाब दियां दा अज रस्मी उद्घाटन साडे मानयोग मुख्यमंत्री साहब ने कीता है। ਇਹ ਪਹਿਲੀ ਵਾਰ ਹੋਇਆ ਹੈ ਕਿ ਖੇਡਾਂ ਦੇ ਉਦਘਾਟਨ ਦੇ ਵੇਲੇ ਮੁੱਖ ਮੰਤਰੀ ਸਾਹਿਬ ਆਪ ਉਸ ਮੈਦਾਨ ਵਿੱਚ ਉਤਰ ਕੇ ਖੇਡੇ ਹੋਣ, ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ। ਮੈਂ ਹੁਣ ਬੇਨਤੀ ਕਰਦਾ ਤੁਹਾਡੇ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ। ਭੰਗੜੇ ਤੇ ਗਿੱਧੇ ਵਾਲੇ ਵਿਦਿਆਰਥੀ